ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਗਤਾਰ। ਅੱਜ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਦੇਬੀ ਮਖਸੂਸਪੁਰੀ ਹੁਣਾਂ ਦੇ ਨਾਲ। ਪੰਜਾਬੀ ਪੋਡਕਾਸਟ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ। ਦੇਬੀ ਭਾਜੀ ਕੀ ਹਾਲ ਚਾਲ ਜੀ? ਠੀਕ ਹੈ ਸੰਤਾਰ, ਬਹੁਤ ਵਧੀਆ। ਤੁਸੀਂ ਸੁਣਾਓ ਆਪਣਾ ਕਿੱਦਾਂ? ਮਿਸ਼ੈਲ ਹੋਣੀ ਠੀਕ ਹੋ ਤੁਸੀਂ? ਬਸ 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 ਸਾਰੀ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਅੱਜ ਤੁਹਾਡੀ ਸੈਰ ਮੇਰਾ ਖਿਆਲ ਮਿਸ ਹੋ ਗਈ ਹੋਣੀ, ਅੱਜ ਮੌਸਮ ਨੀ ਵਧੀਆ। ਮੌਸਮ ਖਰਾਬ ਹੈ ਯਾਰ, ਮੈਂ ਸੀਗਾ ਧੁੱਪ ਚੜ੍ਹੇ ਤਾਂ ਮੈਂ ਸੈਰ ਕਰਿਆ ਵਾ। ਹਾਂਜੀ, ਲਾਗੇ ਇੱਕ ਹੈਗਾ ਅਰਾਊਂਡ ਸਰਕਲ ਜਿਹਾ ਘੁੰਮਣ ਵਾਲਾ। ਆਹੋ ਆਹੋ, ਪਰ ਉਹ ਹੁਣ ਕੱਲ ਵੀ ਮਿਸ ਹੋ ਗਿਆ ਜੇ, ਅੱਜ ਵੀ ਬਸ ਹੁਣ ਦੇਖਦੇ ਘਰੇ ਮਾੜੇ ਮੋਟੇ ਐਕਸਰਸਾਈਜ਼ ਕਰਾਂਗੇ। ਹਾਂ ਦੇਖ ਲਓ ਭਾਜੀ, ਸਾਡੇ ਪਿੰਡੋਂ ਨਾ ਮਾਲਪੁਰ 3.5 ਕਿਲੋਮੀਟਰ ਸੀਗਾ ਤੇ ਸਾਨੂੰ ਜੇ ਕਿਤੇ ਫੀਸ ਭੁੱਲ ਜਾਣੀ ਨਾ ਅੱਧ ਚੋਂ ਤਾਂ ਇੰਨੀ ਉਦਾਸੀ ਹੋਣੀ, ਅਸੀਂ ਜਾ ਕੇ ਸਮਾਂ ਨਿੰਦਰ ਨੂੰ ਕਹਿਣਾ, ਅਸੀਂ ਕਹਿਣਾ ਯਾਰ 25 ਪੈਸੇ ਉਧਾਰੇ ਦੇ। ਪਰ ਤੁਸੀਂ ਤਾਂ ਦੌੜਦੇ ਹੋਣੇ ਨਾ ਉੱਥੇ, ਜਦੋਂ ਤੁਸੀਂ ਮਾਲਪੁਰ ਖੇਲਦੇ ਵੀ ਸੀਗੇ ਫੁੱਟਬਾਲ, ਉਦੋਂ ਤੱਕ ਬਹੁਤ ਪਿੰਡਾਂ ਚ ਦੌੜਦੇ ਹੋਣੇ ਆ ਕਿ ਨਹੀਂ? ਬਿਲਕੁਲ ਬਿਲਕੁਲ, ਉਦੋਂ ਪ੍ਰੈਕਟਿਸ ਹੁੰਦੀ ਸੰਕਾਰ, ਫਿਰ ਸੁਬਾਹ ਸ਼ਾਮ 2 ਵੇਲੇ ਕੋਚ ਸਾਹਿਬ ਨੇ ਗਰਾਊਂਡ ਚ ਸੱਦਣਾ 2-3 ਘੰਟੇ ਹਨਾ। ਹਾਂਜੀ ਹਾਂਜੀ, ਤੇ ਉਦੋਂ ਤਾਂ ਫਿਰ ਇੱਕ ਉਮਰ ਦਾ ਸਟੈਮਿਨਾ ਹੁੰਦਾ ਜੀ, ਚੜ੍ਹਦੀ ਉਮਰ ਦਾ, ਤੇ ਇੱਕ ਜੋਸ਼ ਹੁੰਦਾ ਜੀ ਪਲੇਅਰ ਬਣਨਾ ਜਾਂ ਫੁੱਟਬਾਲ ਖੇਲਣਾ। ਹਾਂਜੀ ਹਾਂਜੀ ਹਾਂਜੀ, ਤੇ ਉਹ ਚ ਵਿੱਚ ਜਿੰਨਾ ਵੀ ਸਟੈਮਿਨਾ ਵਰਕ, ਸਪੀਡ ਵਰਕ, ਸਕਿੱਲ ਵਰਕ ਕਰਾਉਣਾ ਕੋਚ ਸਾਹਿਬ ਨੇ ਹਨਾ ਜੀ। ਹਾਂਜੀ, ਫਲੈਕਸੀਬਿਲਟੀ ਵਾਲਾ। ਹਾਂਜੀ ਹਾਂਜੀ, ਪਰ ਜੀ ਆਮ ਬੰਦੇ ਨੂੰ ਨਾ ਜਿੱਦਾਂ ਤੁਰ ਕੇ ਜਾਣਾ ਮਾਲਪੁਰ ਨੂੰ ਸਾਡੇ ਪਿੰਡੋਂ ਜਾਣੀ ਕਿ ਪਹਾੜ ਲੱਗਦਾ ਹੁੰਦਾ ਸੀ। ਅਸੀਂ ਵੀ ਤਾਂ ਜਾਣਾ ਜੇ ਕਿਤੇ ਜਿੱਦਾਂ ਗਾਂ ਲੈ ਕੇ ਜਾਣਾ ਗਲ ਚ ਡਾਹ ਪਾ ਕੇ। ਮੈਨੂੰ ਇੱਕ ਗੱਲ ਯਾਦ ਆ ਗਈ ਜੀ, ਸਾਡੀ ਪੰਜਾਬੀ ਦੇ ਵਿੱਚ ਭਾਜੀ ਕਈ ਇੱਦਾਂ ਦੇ ਸ਼ਬਦ ਆ ਜਿਹੜੇ ਪੇਂਡੂ ਲੋਕ ਨਹੀਂ ਵਰਤਦੇ, ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿਤਾਬੀ ਸ਼ਬਦ ਆ, ਕਿਤਾਬੀ ਭਾਸ਼ਾ। ਜਦੋਂ ਕੋਈ ਬੰਦਾ ਉਹ ਸ਼ਬਦ ਵਰਤਦਾ ਤਾਂ ਬੜੀ ਹੈਰਾਨੀ ਹੁੰਦੀ ਸੀ। ਉਹ ਇੱਕ ਵਾਰ ਕੀ ਹੋਇਆ ਜੀ ਕਿ ਇੱਕ ਵਾਰ ਮਨਮੋਹਨ ਤੇ ਕਮਲ ਗਾਂ ਲੈ ਕੇ ਨਾ ਪਸ਼ੂਆਂ ਦੇ ਹਸਪਤਾਲ ਚੱਲ ਗਏ, ਤੇ ਉੱਥੇ ਉਹ ਡਾਕਟਰ ਹਲੇ ਆਇਆ ਨਹੀਂ ਸੀਗਾ ਤੇ ਸਾਰੇ ਹੋਰ ਵੀ 5-10 ਬੰਦੇ ਆਏ ਹੋਊਗੇ, ਤੇ ਉਹਨਾਂ ਨੇ ਆਪਣੇ ਆਪਣੇ ਖੁੰਡ ਨਾਲ ਆਪਣਾ ਆਪਣਾ ਪਸ਼ੂ ਬੰਨਿਆ ਤੇ ਉੱਥੇ ਬੈਠੇ ਗੱਲਾਂ ਕਰਨ, ਤੇ ਉਹ ਗੱਲ ਦੇ ਵਿੱਚ ਥੋੜਾ ਜਿਹਾ ਲੱਲ ਜਿਹਾ ਆ ਗਿਆ ਤੇ ਜਾਣੀ ਕਿ ਗੱਲਾਂ ਹੁਣੋਂ ਹਟ ਗਈਆਂ, ਚੁੱਪ ਜਿਹੀ ਛਾ ਗਈ। ਤਾਂ ਉੱਥੇ ਇੱਕ ਕਿਸੇ ਪਿੰਡ ਦਾ ਪਟਵਾਰੀ ਸੀਗਾ ਤੇ ਉਹ ਇੱਕ ਖੁੰਡ ਵੱਲ ਨੂੰ ਦੇਖ ਕੇ ਕਹਿੰਦਾ, ਕਹਿੰਦਾ ਇਸ ਖੁੰਡ ਨੂੰ ਮੈਂ ਦੇਖਦਾ ਉਹਨੂੰ 20 ਸਾਲ ਹੋ ਗਏ ਇੱਥੇ। ਤੇ ਮਨਮੋਹਨ ਕਹਿੰਦਾ ਅੱਛਾ, ਫਿਰ ਕਹਿੰਦਾ ਯਾਰ ਪਤਾ ਨੀ ਸਾਲ ਹੀ ਹੋਇਆ। ਪਰ ਇਹਨਾਂ ਨੇ ਆਪਣਾ ਹਾਸਾ ਰੋਕਣ ਦੇ ਲਈ ਉਹਨੂੰ ਪੁੱਛ ਲਿਆ, ਕਹਿੰਦੇ ਖੁੰਡ ਉਦਾਂ ਕਿੰਨਾ ਕੁ ਚਿਰ ਚੱਲ ਜਾਂਦਾ ਜੀ? ਤੇ ਉਹ ਮੋਹਰਿਓ ਕਹਿੰਦਾ, ਕਹਿੰਦਾ ਇਹ ਤਾਂ ਕਹਿੰਦਾ ਲੱਕੜੀ ਲੱਕੜੀ ਤੇ ਨਿਰਭਰ ਕਰਦਾ। ਤੇ ਇਹ ਅਸੀਂ ਉਹ ਗੱਲ ਲਿਖੀ ਉਹ ਆ ਤੇ ਲੱਕੜੀ ਲੱਕੜੀ ਤੇ ਨਿਰਭਰ ਕਰਦਾ, ਕਿਉਂਕਿ ਸਾਲ ਹੀ ਹੋਇਆ। ਸਹੀ ਗੱਲ, ਉਹ ਨਿਰਭਰ ਸ਼ਬਦ ਇੱਦਾਂ ਦਾ ਉਹ ਅਸੀਂ ਵਰਤਦੇ ਨਹੀਂ ਸੀਗੇ। ਜੇ ਸਾਨੂੰ ਕੋਈ ਪੁੱਛੇ ਵੀ ਯਾਰ ਇਹ ਕਿੰਨਾ ਕੁ ਚਿਰ ਚੱਲੂ, ਅਸੀਂ ਕਹਿਣਾ ਲੱਕੜੀ ਤੇ ਹੀ ਆ, ਨਿਰਭਰ ਨਹੀਂ ਅਸੀਂ ਵਰਤਦੇ। ਪਰ ਫਿਰ ਵੀ ਭਾਜੀ ਸਾਡੀ ਭਾਸ਼ਾ ਨਾ ਜਿਹੜੀ ਆ ਉਹ ਬਦਲ ਗਈ ਆ ਜੀ, ਤੇ ਜਿਹੜੀ ਸਾਡੀ ਉਹ ਦੁਆਬੀ ਸੀ ਬਦਲ ਗਈ। ਬਿਲਕੁਲ ਬਿਲਕੁਲ, ਤੁਸੀਂ ਉਦਾਂ ਕੀ ਸਮਝਦੇ ਆ ਵੀ ਤੁਹਾਡੀ ਕਿੱਥੇ ਕਿੱਥੇ ਜਾ ਕੇ ਜ਼ਿੰਦਗੀ ਚ ਕਿਹੜੇ ਕਿਹੜੇ ਪੜਾਅ ਤੇ ਬਦਲੀ ਭਾਸ਼ਾ? ਮੈਂ ਸੰਕਾਰ ਸੋਚਦਾ ਜਦੋਂ ਸਕੂਲ ਕਾਲਜ ਤੱਕ ਰਹੇ ਫੁੱਟਬਾਲ ਵਗੈਰਾ ਖੇਡਦੇ ਰਹੇ, ਉੱਥੋਂ ਮਾਲਪੁਰ ਹੁਸ਼ਿਆਰਪੁਰ ਰਹੇ, ਆਪਣੇ ਪਿੰਡਾਂ ਦੁਆਲੇ ਰਹੇ ਹਨ ਘੁੰਮਦੇ, ਹਾਂਜੀ, ਤਾਂ ਉਦੋਂ ਇਹ ਐਕਸੀਡੈਂਟ ਜਾਂ ਜਿਹੜੇ ਸ਼ਬਦ ਸੀ ਉਹੀ ਰਹੇ ਆ। ਹਾਂਜੀ, ਪਰ ਜਦੋਂ ਮੈਨੂੰ ਲੱਗਦਾ ਮੈਂ ਯੂਪੀ ਅਸੀਂ ਮੂਵ ਹੋ ਗਿਆ ਤੇ ਫਾਰਮ ਚਲੇ ਗਿਆ ਨਾ ਮੈਂ ਜ਼ਮੀਨ ਤੇ, ਹਾਂਜੀ, ਮੇਰਠ, ਹਾਂਜੀ, ਉੱਥੇ ਕਿਉਂਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਆ ਜੀ, ਹਨਾ, ਕੋਈ ਐਸਾ ਪੰਜਾਬ ਦਾ ਇਲਾਕਾ ਨੀ ਜਿੱਥੋਂ ਦੇ ਮਤਲਬ ਲੋਕੀ ਉੱਥੇ ਨਹੀਂ ਵਸੇ, ਔਰ ਸਾਰਿਆਂ ਨਾਲ ਸਹਿਚਾਰ ਮਿੱਤਰ ਚਾਰਾ, ਹਨਾ, ਤੇ ਗੁਆਂਢੀ ਸਾਡੇ ਸੀ ਜਿਹਨੇ ਕੁਦਰਤੀ ਮੋਗੇ ਨੇੜੇ ਦੇ ਸੀ, ਬਾਈ 3-4 ਮਿੱਤਰ, ਹਰਪਾਲ ਹੋਣੀ, ਹਨਾ, ਹਾਂਜੀ ਹਾਂਜੀ। ਮੈਨੂੰ ਲੱਗਦਾ ਇੱਕ ਪਹਿਲਾਂ ਉਦੋਂ ਮੇਰੇ ਤੇ ਥੋੜਾ ਅਸਰ ਹੋਇਆ ਵੀ ਉਹ ਸ਼ਬਦ ਜਿਹੜੇ ਅਸੀਂ ਨੋਟ ਕੀਤਾ ਵੀ ਹਾਂ ਯਾਰ ਇਹ ਸ਼ਬਦ ਅਸੀਂ ਮੋਹਰੇ ਕਹਿੰਦੇ ਆ, ਇਹ ਮੂਹਰੇ ਕਹਿੰਦੇ ਆ, ਅਸੀਂ ਘੇ ਕਹਿੰਦੇ ਆ, ਇਹ ਘਿਓ ਕਹਿੰਦੇ ਆ, ਹਨਾ, ਪੇ ਤਾਂ ਪਿਓ,
ਕਈ ਅਸੀਂ ਕਹਿੰਦੇ ਆਇਓ ਆ ਗਿਓ ਆ, ਇਹ ਕਹਿੰਦੇ ਆਏ ਹੋਏ ਆ ਗਏ ਹੋਏ ਆ ਤੇ ਘਰੇ ਪ੍ਰਾਹੁਣੇ ਆਏ ਹੋਏ ਆ, ਹਨਾ ਜੀ। ਤਾਂ ਫਿਰ ਜਦੋਂ ਸੈਕਿੰਡ ਜਦੋਂ ਗਾਉਣਾ ਸ਼ੁਰੂ ਕੀਤਾ ਜੀ ਪੰਜਾਬ ਚ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ, ਤਾਂ ਫਿਰ ਵੀ ਮੇਰੇ ਨਾਲ ਫੇਰ ਇੱਕ ਫਰਕ ਪਿਆ ਵੀ ਕਿਉਂਕਿ ਆਪਾਂ ਸਾਰੇ ਪੰਜਾਬ ਚ ਘੁੰਮਦੇ ਹਾਂ ਤੇ ਉਧਰਲੇ ਵੀ ਮਿੱਤਰ ਚਾਰਾ ਬੜਾ ਹੋ ਗਿਆ, ਕੋਈ ਫੈਨ ਬਣ ਗਿਆ ਜਿਹਨੇ ਫਿਰ ਲਗਾਤਾਰ ਪ੍ਰੋਗਰਾਮ ਕਰਵਾਏ, ਉਹਨਾਂ ਨੂੰ ਫਿਰ ਮਿੱਤਰਾਂ ਵਾਂਗੂ ਆਪਾਂ ਮਿਲਣ ਵਰਤਣ ਲੱਗ ਜਾਈਦਾ। ਤਾਂ ਉਹ ਬੁੱਟਰ ਪਿੰਡ ਹੈ ਜੀ ਇੱਕ ਮੋਗੇ ਨੇੜੇ, ਬੜੇ ਮੇਰੇ ਮਿੱਤਰ ਚੱਲੇ ਆਉਂਦੇ 20-25 ਸਾਲ ਤੋਂ, ਬੜੇ ਮੈਂ ਪ੍ਰੋਗਰਾਮ ਲਾਏ ਉਹਨਾਂ ਦੇ ਹੋਰ ਰਿਸ਼ਤੇਦਾਰਾਂ ਦੇ। ਹਾਂਜੀ ਹਾਂਜੀ। ਉਹ ਫਿਰ ਕਈ ਚੀਜ਼ਾਂ ਫਿਰ ਅਸੀਂ ਦੇਖਣ ਲੱਗ ਪਏ ਯਾਰ ਕਈ ਸ਼ਬਦ ਜਿਹੜੇ ਲੱਗਦਾ ਵੀ ਸਾਨੂੰ ਤੇ ਉਹ ਜਿਹਨੂੰ ਟਕਸਾਲੀ ਬੋਲੀ ਜ਼ਿਆਦਾ ਲੋਕੀ ਇਦਾਂ ਬੋਲਦੇ ਆ, ਹਨਾ ਜਦੋਂ ਆਪਾਂ ਸਟੇਜ ਤੇ ਪਰਫੋਰਮ ਕਰਦੇ ਹਾਂ ਮਤਲਬ ਇੱਧਰ ਬਾਹਰ ਸ਼ੋਜ਼ ਕਰਦੇ ਹਾਂ, ਉਸ ਨੂੰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਆਡੀਅੰਸ ਬੈਠੇ ਹੁੰਦੇ ਹਨਾ ਜੀ, ਬੈਠੇ ਹੁੰਦੇ ਆ, ਤਾਂ ਫਿਰ ਉਹ ਕਿਤੇ ਨਾ ਕਿਤੇ ਹੋ ਗਿਆ ਵੀ ਉਹ ਸ਼ਬਦ ਕਈ ਜਾਣੀ। ਮੈਨੂੰ ਯਾਦ ਹੈ ਇੱਕ ਵਾਰ ਪੁਰਾਣੀ ਗੱਲ ਹੈ, ਵਾਈਫ ਇੱਥੇ ਜਿਮ ਜਾਂਦੇ ਸੀ ਉਦੋਂ, ਤਾਂ ਇਹਨਾਂ ਦੀ ਇੱਕ ਫਰੈਂਡ ਸੀਗੀ ਬਣੀ ਹੋਈ, ਤਾਂ ਉਹਦੀ ਇੱਕ ਹੋਰ ਫਰੈਂਡ ਨੇ ਜਿਮ ਜੁਆਇਨ ਕੀਤਾ, ਉਹ ਕਹਿੰਦੇ ਆ ਜਾ ਤੈਨੂੰ ਕਲਾਕਾਰ ਦੀ ਘਰਵਾਲੀ ਬਣਾਵਾਂ ਆਪਣਾ ਗਾਣੇ ਗਾਉਂਦਾ ਲਾ। ਤਾਂ ਉਹਨੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਨਾਮ ਪੁੱਛਿਆ, ਹਨਾ ਤਾਂ ਉਹ ਕਹਿੰਦੀ ਭੈਣ ਜੀ ਤੁਹਾਡਾ ਪਿੰਡ ਮੋਗੇ ਕੰਨੀ ਆ, ਇਹ ਕਹਿੰਦੀ ਨਹੀਂ ਭੈਣ ਜੀ ਇੱਦਾਂ ਨੀ, ਅਸੀਂ ਦੁਆਬੇ ਤੋਂ ਆਵਾਂ, ਜਲੰਧਰ ਚ ਮੇਰੇ ਪੇਕੇ ਆ ਸੋਰੀ ਹੁਸ਼ਿਆਰਪੁਰ ਦੇ ਦੇਵੀ, ਉਹਨਾਂ ਦਾ ਪਿੰਡ ਹੁਸ਼ਿਆਰਪੁਰ ਚ ਪੈਂਦਾ। ਕਹਿੰਦੀ ਅੱਛਾ, ਕਹਿੰਦੀ ਬਾਈ ਹੁਣ ਜਦੋਂ ਬੋਲਦੇ ਸਾਨੂੰ ਲੱਗਦਾ ਸਾਡੇ ਪਿੰਡਾਂ ਕੰਨੀ ਦੇ ਬੋਲੀ ਇੱਦਾਂ ਦੀ ਲੱਗਦੀ ਆ। ਫਿਰ ਉਹਨੇ ਵੀ ਦੱਸਿਆ ਕਹਿੰਦੇ ਵੀ ਹਾਂ ਵੀ ਜਦ ਇਹਨੇ ਗਾਉਣਾ ਸ਼ੁਰੂ ਕੀਤਾ ਜਾ ਜਦੋਂ ਯੂਪੀ ਚ ਰਹਿੰਦੇ ਸੀਗੇ ਨਾ, ਇਹਨਾਂ ਮਿੱਤਰ ਕਈ ਚਾਰਾ ਵੀ ਹੁਣ ਕਈ ਇੱਧਰ ਮਾਝੇ ਵਾਲੇ ਸਾਈਡ ਦੇ ਮਿੱਤਰ ਸੀਗੇ ਜੀ, ਕਾਲੋ ਬਾਜਵੇ ਰੰਧਾਵੇ, ਤੇ ਉਹਨਾਂ ਨਾਲ ਵੀ ਬਹਿਣਾ ਉੱਠਣਾ ਵੀ ਕਈ ਸ਼ਬਦ ਦੇਖਣਾ ਵੀ ਹਾਂ ਯਾਰ ਇਹ ਇਸ ਤਰ੍ਹਾਂ ਬੋਲਦੇ ਆ, ਪਰ ਇੱਕ ਸਾਂਝੀ ਬੋਲੀ ਮੇਰੇ ਇੱਕ ਬਣ ਜਾਂਦੀ ਆ। ਜਾਂ ਮੈਂ ਇੱਕ ਵਾਰ ਸਿੰਘਾ ਜੀ ਮਿਲਣ ਗਿਆ ਸੀਗਾ ਆਪਣੇ ਇਹ ਮੈਡਮ ਅਰੁਣਾ ਜੀ ਨੂੰ, ਸ਼ਿਵ ਕੁਮਾਰ ਬਟਾਲਵੀ ਸਾਹਿਬ ਦੇ ਮਿਸਿਸ, ਤਾਂ ਮੈਂ ਉਹਨਾਂ ਨੂੰ ਇਹਦੇ ਸ਼ਬਦ ਪੁੱਛਣ ਲੱਗ ਪਿਆ ਵੀ ਮੈਂ ਕਿਤਾਬਾਂ ਪੜ੍ਹੀਆਂ ਬਹੁਤ ਚਿਰ ਹੋ ਗਿਆ, ਕਈ ਸ਼ਬਦ ਮੇਰੇ ਸਮਝ ਨਹੀਂ ਆਏ। ਉਹ ਕਹਿੰਦੇ ਬੇਟੇ ਦੱਸੋ ਜੇ ਕੋਈ ਯਾਦ ਹੈ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਹਾਂ। ਤਾਂ ਮੈਨੂੰ ਯਾਦ ਹੈ ਇੱਕ ਉਹ ਕਿਤਾਬ ਤੇ ਸ਼ਾਇਦ ਮਿਸ ਪ੍ਰਿੰਟ ਸੀਗਾ ਸਿੰਘਾਰ, ਤੁਸੀਂ ਵੀ ਪੜ੍ਹੀ ਹੋਣੀ ਆ ਉਹ, ਉਹ ਸੀਗੀ ਕਿ ਉਹਦੀ ਆਖਰੀ ਲਾਈਨ ਸੀਗੀ ਕਵਿਤਾ ਦੀ ਕਿ ਇੱਕ ਚੂੜੀ ਵੀ ਪੀ ਨਾ ਸਕੀ ਪਿਆਰ ਦੇ ਨਿੱਤਰੇ ਪਾਣੀ ਵੇ, ਉਹ ਕਿਤਾਬ ਤੇ ਲਿਖਿਆ ਸੀ ਵੇਂਦੇ ਅਸਾਰ ਪਏ ਵਿੱਚ ਪੂਰੇ ਜਾ ਮੈਂ ਹੋਂਠ ਛੁਹਾਏ ਵੇ, ਇਦਾਂ ਲਿਖਿਆ। ਉਹ ਕਹਿੰਦੇ ਨਹੀਂ ਬੇਟਾ ਇਹ ਮਿਸ ਪ੍ਰਿੰਟ ਹੋਇਆ, ਪੂਰੇ ਨੀ ਇਹ ਕੂਰੇ ਸ਼ਬਦ ਹੈ, ਪੂਰੇ ਆ। ਅੱਛਾ, ਕੂਰੇ ਕਹਿੰਦੇ ਕੀੜਿਆਂ ਨੂੰ, ਇਹ ਕਹਿੰਦੇ ਵੀ ਜਿਹੜੇ ਪਾਣੀ ਦੇ ਕੀੜੇ ਹੁੰਦੇ ਨਾ, ਹਾਂਜੀ ਹਾਂਜੀ, ਪਾਣੀ ਦੇ ਜਰਮ ਕਹਿੰਦੇ ਜਿਹੜੇ ਹੁੰਦੇ ਆ ਉਹ ਉਸ ਤਰ੍ਹਾਂ ਨਹੀਂ ਦੀਦੇ। ਕਹਿੰਦੇ ਇਸ ਤਰ੍ਹਾਂ ਕਿਹਾ ਵੀ ਮੇਰੀ ਜ਼ਿੰਦਗੀ ਚ ਮੁਹੱਬਤ ਹੈ ਨੀ ਸੀਗੀ, ਮਤਲਬ ਜਿਹੜੇ ਮੁਹੱਬਤ ਆ ਪਾਣੀ, ਜਦੋਂ ਮੈਂ ਪੀਣਾ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਕੀੜੇ ਪੈ ਗਏ, ਮੈਂ ਉਹ ਪੀ ਨਹੀਂ ਸਕੀ, ਮਤਲਬ ਪੀ ਨਹੀਂ ਸਕੀ। ਹਾਂਜੀ ਹਾਂਜੀ, ਮੈਂ ਕਿੱਡੀ ਵੱਡੀ ਗੱਲ ਹੈ ਵੀ ਕੂਰੇ ਸ਼ਬਦ ਅਸੀਂ ਨਹੀਂ ਸੁਣਿਆ ਕਿਉਂਕਿ ਇਹ ਮਾਝੇ ਦਾ, ਸੁਣਿਆ ਨਹੀਂ ਸੀਗਾ। ਹਾਂਜੀ, ਫਿਰ ਸਾਡੇ ਇੱਕ ਅੰਕਲ ਹੁਣੀ ਹੁੰਦੇ ਸੀਗੇ ਉਦੋਂ ਯਾਦ ਹੈ, ਤੇ ਮੈਂ ਜਦੋਂ ਸਾਰੀਆਂ ਕਿਤਾਬਾਂ ਪੜ੍ਹੀਆਂ ਮੈਂ ਕਿਹਾ ਜੀ ਮੈਂ 40-45 ਸ਼ਬਦ ਮੈਂ ਲੱਭੇ ਆ ਵੀ ਮੈਨੂੰ ਉਹਨੇ ਮਾਇਨੇ ਨਹੀਂ ਸਮਝ ਆਏ, ਤਾਂ ਉਹ ਕਹਿੰਦੇ ਬੇਟਾ ਮੈਨੂੰ ਦੱਸ। ਫਿਰ ਮੈਂ ਪੇਪਰ ਲੈ ਕੇ ਉਹਨਾਂ ਕੋਲ ਫਾਰਮ ਤੇ ਗਿਆ, ਤੇ ਉਹਨੂੰ ਗੁਜ਼ਰ ਗਿਆ ਕਾਲੋਂ ਸਾਹਿਬ, ਉਹਨਾਂ ਦਾ ਪਿੰਡ ਵੀ ਬਟਾਲੇ ਲੈਣੇ ਸੀ, ਉਹ ਬਟਾਲਵੀ ਸਾਹਿਬ ਦੇ ਚੰਗੇ ਮਿੱਤਰ ਰਹੇ ਸੀਗੇ ਸ਼ਿਵ ਕੁਮਾਰ ਉਹਨਾਂ ਦੇ, ਤਾਂ ਉਹਨੂੰ ਮੈਨੂੰ ਸੰਤਾਰ ਯਾਦ ਆ 45-37 ਸ਼ਬਦਾਂ ਦੇ ਮੈਨੇ ਉਹਨੂੰ ਦੱਸਦੇ, ਵਾਹ ਜੀ ਵਾਹ। ਤੇ 8 ਸ਼ਬਦ ਕਹਿੰਦੇ ਯਾਰ ਬੇਟਾ ਸੋਰੀ ਇਹ ਮੇਰੇ ਤੋਂ ਵੀ ਅੜ ਗਿਆ, ਕਹਿੰਦੇ ਇਹ ਮੈਂ, ਕੋਈ ਸ਼ਬਦ ਐਸੇ ਸੀ ਕਹਿੰਦੇ ਯਾਰ ਮੈਂ ਆਪਣੇ ਦਾਦੀਆਂ ਦੇ ਮੂੰਹੋਂ ਸੁਣੇ ਹੋਏ ਆ, ਅਸੀਂ ਵੀ ਨਹੀਂ ਬੋਲਦੇ, ਉਪ ਬੋਲੀ ਦੇ ਹੈ ਕਿ ਸਾਡੇ ਬਟਾਲੇ ਲੱਗੇ ਪਿੰਡਾਂ ਦੀ ਬੋਲੀ ਆ, ਪਰ ਇਹ ਜਾਂ ਇੱਕ ਸੀਗਾ ਮਤਲਬ ਉਹਨਾਂ ਕਿ ਇਸ ਸ਼ਹਿਰ ਦੀ ਨੰਗੀ ਹਿੱਕ ਤੇ ਇੱਕ ਪੜੋਪੀ ਆਟੇ ਖਾਤਰ ਵਿਕਣ ਹਵਾ ਦੀਆਂ ਜਾਈਆਂ ਹੋ ਨੰਗੀ, ਹਨਾ। ਹਾਂਜੀ, ਉਹ ਕਹਿੰਦੇ ਪੜੋਪੀ ਯਾਰ ਪਹਿਲਾਂ ਤੋਲਿਆ ਸਾਡੇ ਜੰਮਣ ਤੋਂ ਪਹਿਲਾਂ ਦਾ ਵੀ ਜਿਹੜਾ ਕਿਲੋਆਂ ਦੇ ਸੇਰਾਂ ਦੇ ਤੋਲ, ਪੜੋਪੀ ਚੁਟਕੀ ਪਰ ਸਮਝ ਲਓ, ਹਨਾ ਤੋਲ ਹੁੰਦਾ ਸੀਗਾ ਵੀ ਇੱਕ ਪੜੋਪੀ ਆਟੇ ਖਾਤਰ, ਹਨਾ। ਕਹਿੰਦੇ ਯਾਰ ਇਹ ਤਾਂ ਸ਼ਬਦ ਸਾਡੇ ਵੀ ਨੀ ਕੋਈ ਬੋਲਦਾ, ਪਰ ਉਹ ਸ਼ਿਵ ਕੁਮਾਰ ਉਹਨਾਂ ਦੇ ਲੋਕ ਕਿੱਦਾਂ ਸਾਂਭ ਲਿਆ ਆਪਣੀ ਉਹ ਪੁਰਾਣੇ ਸ਼ਬਦ ਆਪਣੀ ਕਵਿਤਾ ਚ, ਉਹਨਾਂ ਨੇ ਸਾਂਭ ਲਿਆ ਜੀ, ਉਹਨਾਂ ਨੇ ਸਾਂਭ ਲਿਆ। ਹਾਂਜੀ ਬਿਲਕੁਲ ਬਿਲਕੁਲ। ਪਰ ਜੀ ਇੱਥੇ ਦੇਖੋ ਨਾ, ਇੱਥੇ ਕਿਤੇ ਰੇਡੀਓ ਤੇ ਨਾ ਆਪਣੇ ਥਿੰਦ ਸਾਹਿਬ ਕਰ ਰਹੇ ਸੀਗੇ ਸ਼ਿਵ ਕੁਮਾਰ ਹੁਣਾਂ ਦੀ ਬਟਾਲਵੀ ਉਹਨਾਂ ਦੀ ਵਰਸੀ ਤੇ ਕੋਈ ਪ੍ਰੋਗਰਾਮ, ਤੇ ਕਿਸੇ ਬੰਦੇ ਦਾ ਫੋਨ ਆਇਆ ਤੇ ਉਹ ਕਹਿੰਦੇ ਯਾਰ ਕੀ ਤੁਸੀਂ ਕਿਸੇ ਸ਼ਰਾਬੀ ਦੀਆਂ ਗੱਲਾਂ ਕਰਨ ਡਏ ਆ, ਸਾਰੀ ਉਮਰ ਸ਼ਰਾਬੀ। ਇਹ ਜਿਹੜੀ ਇੱਦਾਂ ਦੇ ਬਹੁਤ ਮਹਾਨ ਰਾਈਟਰ ਹੋਏ ਆ, ਇਹ ਤਾਂ ਅਸੀਂ ਤਾਂ ਕੁਛ ਵੀ ਨਹੀਂ, ਛੁੱਪ ਜਾਣਾ ਚੰਨ ਤਾਰੇ ਜਿੱਦਾਂ ਇੱਥੇ ਰਹਿਣੇ ਆ, ਤੇ ਜਿਹੜੇ ਇਹ ਲਿਖ ਗਏ ਉਹ ਆ ਵਾਰਿਸ ਸ਼ਾਹ ਹੁਣੀ, ਬੁੱਲੇ ਸ਼ਾਹ ਹੁਣੀ, ਬਿਲਕੁਲ, ਜਾਂ ਹੋਰ ਮਹਾਨ ਰਾਈਟਰ ਸ਼ਿਵ ਕੁਮਾਰ ਬਟਾਲਵੀ ਵਰਗੇ, ਤੇ ਇਹਨਾਂ ਨੇ ਹਰ ਇੱਕ ਵਕਤ ਦੀ ਪੰਜਾਬੀ ਸਾਂਭੀ ਹੋਈ ਆ। ਬਿਲਕੁਲ, ਬਹੁਤ ਵੱਡੀ ਗੱਲ ਨੀ ਆਪਣੇ ਕਲਾਮ ਵਿੱਚ ਨਾ, ਹਾਂਜੀ, ਉਹ ਇੱਕ ਭਾਸ਼ਾ ਦੀ ਅਮੀਰੀ ਸਾਂਭ ਜਿਹੜੇ ਵਿਰਸਾ ਆ ਆਪਣਾ, ਅਸੀਂ ਕਹਿੰਦੇ ਯਾਰ ਸ਼ਬਦ ਗਾਹਾਂ ਤੋਂ ਗਾਹਾਂ ਭੁੱਲ ਜਾਣੇ ਆ, ਅਗਲੀ ਪੀੜ੍ਹੀ ਨੂੰ ਇਹ ਸ਼ਬਦ ਭੁੱਲ ਜਾਣੇ, ਉਦੋਂ ਅਗਲੀ ਨੂੰ ਆ ਵੀ ਭੁੱਲ ਜਾਣੇ ਆ, ਹਨਾ ਜੀ। ਪਰ ਇਹ ਕਿੰਨੀ ਵੱਡੀ ਗੱਲ, ਚਲੋ ਸ਼ਬਦ ਕੋਸ਼ਾਂ ਵਿੱਚ ਤਾਂ ਪਏ ਆ, ਭਾਈ ਕਾਨ ਸਿੰਘ ਨਾਭਾ ਜੀ ਦਾ ਸ਼ਬਦ ਕੋਸ਼, ਹੋਰ ਕਿੰਨੇ, ਹਨਾ ਭਾਜੀ, ਸ਼ਬਦ ਕੋਸ਼ਾਂ ਚ ਸ਼ਬਦ ਨਹੀਂ ਬਚਦੇ, ਉਹ ਪਏ ਰਹਿੰਦੇ ਆ। ਜੀ ਬਿਲਕੁਲ ਜੀ ਜੀ। ਤੇ ਪਰ ਮੈਂ ਕਿਹਾ ਇਹ ਜਿਹੜੇ ਇੱਕ ਕਵਿਤਾ ਚ ਸਾਂਭੇ ਗਏ ਆ ਸਾਹਿਤ ਵਿੱਚ, ਨਾਵਲਾਂ ਚ, ਲਿਟਰੇਚਰ ਦੇ ਰੂਪ ਵਿੱਚ, ਇਹ ਇੱਕ ਤਾਂ ਪੜ੍ਹਨ ਚ ਵੀ ਮਜ਼ੇਦਾਰ ਰਹਿਣੇ, ਜਦ ਵੀ ਕਿਸੇ ਨੇ ਪੜ੍ਹਨਾ ਉਹਨੂੰ ਮਜ਼ਾ ਆਉਣਾ, ਉਹਨੂੰ ਚੰਗਾ ਲੱਗਣਾ, ਹਨਾ, ਫਿਰ ਉਹਨੂੰ ਇਹ ਪਤਾ ਵੀ ਲੱਗਣਾ ਅੱਛਾ
ਆ ਉਹ ਪ੍ਰਾਕਿਰਤ ਭਾਸ਼ਾ ਚ ਹਾ ਹੋ ਗਿਆ ਤੇ ਜਿਹੜਾ ਹਾ ਉਹ ਸਾਡੇ ਪੰਜਾਬ ਦੇ ਵਿੱਚ ਆ ਹੋ ਗਿਆ ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਸੀ ਨਾ ਕੀਤਾ ਹੋਇਆ ਜਾਂ ਆਇਆ ਹੋਇਆ ਜਾਂ ਆਇਓ ਆ ਉਹ ਤਾਂ ਸਾਡੇ ਆ ਕੇ ਇੱਚ ਆ ਜਿਹੜਾ ਉਹ ਊੜਾ ਬਣੀ ਜਾਂਦਾ ਤੇ ਮੈਂ ਸੋਚਦਾ ਸੀ ਮੈਂ ਕਿਹਾ ਕੋਈ ਇੱਦਾਂ ਦਾ ਵੀ ਸ਼ਬਦ ਹੈਗਾ ਜਿਹੜਾ ਇਹਨਾਂ ਸਾਰੀਆਂ ਗੱਲਾਂ ਦੀ ਉਦਾਹਰਣ ਇੱਕ ਸ਼ਬਦ ਚ ਹੋਵੇ ਤੇ ਉਹ ਇਹ ਆ ਜੀ ਵੀ ਜਿੱਦਾਂ ਆਟੇ ਨੂੰ ਪੀਸਣਾ ਹੁੰਦਾ ਤੇ ਅਸੀਂ ਕਹਿੰਦੇ ਹਾਂ ਆਟਾ ਪਿਸਾ ਕੇ ਲਿਆਇਆ ਮੈਂ ਪਰ ਉਹਦਾ ਪਹਿਲਾਂ ਸੱਸੇ ਦਾ ਹਾਹਾ ਬਣਿਆ ਪੰਜਾਬੀ ਚ ਉਹ ਹੋ ਗਿਆ ਜੀ ਅੱਗ ਪਿਹਾ ਕੇ ਤੇ ਹੁਣ ਜਿਹੜਾ ਹਾਹਾ ਸੀਗਾ ਉਹ ਸਾਡੇ ਪੰਜਾਬ ਸਾਡੇ ਦੁਆਬੇ ਦੇ ਵਿੱਚ ਹਾਹਾ ਉਹ ਪੀ ਚ ਰਲ ਗਿਆ ਪੀ ਐਚ ਹੋ ਗਿਆ ਤੇ ਐਂਡ ਚ ਉੜ ਗਿਆ ਤੇ ਅਸੀਂ ਕਹਿੰਦੇ ਹਾਂ ਫਿਆ ਕੇ ਪਰ ਉਹਨਾਂ ਚੀਜ਼ਾਂ ਦੇ ਪਿੱਛੇ ਕਿੰਨੀਆਂ ਫੋਰਸਾਂ ਕੰਮ ਕਰ ਰਹੀਆਂ ਸੱਸਾ ਹਾਹਾ ਬਣ ਰਿਹਾ ਹਾਹਾ ਐੜਾ ਬਣ ਰਿਹਾ ਬੋਲੀ ਵਾਲੀ ਜਿਹੜੀ ਗੱਲ ਮੈਂ ਤੁਹਾਡੇ ਵਿੱਚ ਕਰਦਾ ਸ਼ਾਇਦ ਆਪਾਂ ਉਦਾਂ ਸਾਂਝੀ ਕੀਤੀ ਸੀਗੀ ਹਾਂਜੀ ਗੁਰਪ੍ਰੀਤ ਘੁੱਗੀ ਹੁਣੀ ਇੱਕ ਫਿਲਮ ਆ ਰਹੀ ਉਹਨਾਂ ਦੀ ਉਹਨੇ ਪ੍ਰਮੋਟਰ ਦਾ ਰੋਲ ਕੀਤਾ ਇੰਗਲੈਂਡ ਚ ਉਹ ਹਾਂਜੀ ਜਾਣੀ ਉਹ ਮੈਨੂੰ ਦੱਸ ਇੱਕ ਦਿਨ ਮਿਲੇ ਸੀ ਸ਼ੂਟ ਕਰਦੇ ਸੀ ਗਾਣਾ ਪਾਰਟੀਸ਼ਨ ਵਾਲਾ ਹਾਂਜੀ ਹਾਂਜੀ ਅਸੀਂ ਇੱਕ ਦਿਨ ਪੂਰਾ ਇਕੱਠੇ ਰਹੇ ਤਾਂ ਬਹਿਣ ਸਰ ਤੈਨੂੰ ਯਾਦ ਕੀਤਾ ਕਹਿੰਦਾ ਯਾਰ ਮੈਂ ਸੰਗਤਾਰ ਨੂੰ ਚੇਤੇ ਕੀਤਾ ਮੈਂ ਓਬਜ਼ਰਵ ਕੀਤਾ ਵੀ ਅਸੀਂ ਇਕੱਠੇ ਕਿੰਨੇ ਚਿਰ ਇਕੱਠੇ ਸ਼ੋ ਕੀਤੇ ਆ ਵੀ ਸੰਗਤਾਰ ਟਿਪੀਕਲ ਮਾਲਪੁਰ ਦੀ ਪੰਜਾਬੀ ਬੋਲਦਾ ਜਾਣੀ ਕਹਿੰਦੇ ਮੈਂ ਇਹ ਚ ਇੱਦਾਂ ਬਣਿਆ ਮੈਂ ਦੁਆਬੀ ਆਇਆ ਇੰਗਲੈਂਡ ਜੰਮਿਆ ਤੇ ਮੈਂ ਸ਼ੋ ਕਰਵਾਉਣਾ ਹਨਾ ਤੇ ਉਹ ਮੈਂ ਉਹਨੇ ਐਸੇ ਕਈ ਡਾਇਲੋਗ ਸੁਣਾਏ ਮੈਨੂੰ ਇੰਨਾ ਹੱਸੇ ਅਸੀਂ ਨਾ ਤਾਂ ਉਹ ਮਤਲਬ ਫਿਰ ਕਹਿੰਦਾ ਵੀ ਮੈਂ ਟਿਪੀਕਲ ਸੰਗਤਾਰ ਨੂੰ ਯਾਦ ਕੀਤਾ ਸੰਗਤਾਰ ਦੀ ਕੀ ਟੋਨ ਹੁੰਦੀ ਆ ਮੈਂ ਕਹਿੰਦਾ ਪ੍ਰਮੋਟਰ ਕਹਿੰਦਾ ਪਰ ਟਿਪੀਕਲ ਕਹਿੰਦਾ ਮੈਂ ਇੰਜੋਏ ਕੀਤਾ ਮੈਂ ਇਹਦੇ ਵਿੱਚ ਬਣਿਆ ਵੀ ਮੈਂ ਦੁਆਬੇ ਨੂੰ ਬਿਲੋਂਗ ਕਰਦਾ ਜੰਮਿਆ ਗਰੈਣਾ ਚਾਹੇ ਮੈਂ ਸ਼ੋਅ ਕਰਾਉਣਾ ਮੈਂ ਸ਼ੋਅ ਨੂੰ ਕਹਿੰਦਾ ਛੋ ਕਹਿੰਦਾ ਛਿੱਛੇ ਨਾਲ ਕਹਿੰਦਾ ਛੋ ਉਹ ਸਾਡੇ ਇੱਦਾਂ ਹੀ ਆ ਵੀ ਜਿਹੜਾ ਸੱਸੇ ਪੈਰ ਬਿੰਦੀ ਆ ਉਹਨੂੰ ਛਤਰੀ ਨੂੰ ਛਤਰੀ ਕਹਿ ਦੇਣਾ ਹਾਂਜੀ ਸ਼ੇਰ ਨੂੰ ਸ਼ੇਰ ਕਹਿ ਦੇਣਾ ਹਨਾ ਛੰਨੇ ਨੂੰ ਛੰਨਾ ਕਹਿ ਦੇਣਾ ਚਲੋ ਅਸੀਂ ਤਾਂ ਇਹੀ ਕਹਿੰਦੇ ਆ ਵੀ ਪੰਜਾਬੀ ਦੇ ਕੀਬੋਰਡ ਨਾਲ ਲਿਖੋ ਜੀ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ ਕਰੋ ਪੰਜਾਬੀ ਦੇ ਗੀਤ ਸੁਣੋ ਹੁਣ ਮੈਂ ਇੰਟਰਵਿਊ ਕਰਕੇ ਆਇਆ ਸਕਦਾ ਆਪਣੇ ਪ੍ਰਾਈਮੇਸ਼ਾ ਟੀਵੀ ਤੇ ਪਰਮੀਰ ਬਾਠੋਰਾ ਦੇ ਨਾਲ ਹਾਂਜੀ ਉਹਨਾਂ ਦਾ ਇੱਕ ਸਵਾਲ ਸੀਗਾ ਰਿਕਾਰਡਿੰਗ ਕਰਕੇ ਰੱਖੀ ਆ ਫਿਰ ਪਲੇ ਕਰਨਗੇ ਕਹਿੰਦੇ ਵੀ ਦੇਵੀ ਲਾਈਵ 1 ਕਿਹੜੀ ਆਈ ਸੀ ਕਦੋਂ ਆਈ ਸੀ ਕਿਹੜੇ ਸਾਲ ਚ ਆਈ ਸੀ ਤਾਂ ਫਿਰ ਮੈਨੂੰ ਯਾਦ ਆਇਆ ਮੈਂ ਕਿਹਾ ਵੀ ਉਹ 2000 ਦੀ ਰਿਕਾਰਡਿੰਗ ਸੀ 2001 ਚ ਕਿਉਂਕਿ ਉਹ ਮੈਂ ਸ਼ਾਇਦ ਗਲਤ ਨਹੀਂ ਇੰਟਰਵਿਊ ਉਦੋਂ ਪਿਤਾ ਜੀ ਗੁਜ਼ਰ ਗਏ ਸੀ ਆਪਣੇ ਬਿਮਾਰ ਹੋ ਗਏ ਸੀ ਨਾ ਡੈਡੀ ਹੁਣੀ ਫਿਰ ਉਹ ਟੇਪਾ ਪਰ ਮੁਖੜੇ ਦਾ ਲਿਸ਼ਕਾਰਾ ਨਹੀਂ ਸੀ ਕਰ ਸਕੇ ਗੋਇਲ ਕੰਪਨੀ ਨਾਲ ਗੱਲ ਹੋਈ ਸੀ 2001 ਵਿੱਚ ਉਹ ਫਿਰ ਰਿਲੀਜ਼ ਹੋਈ ਹਨਾ ਤਾਂ ਉਦੋਂ ਕਿ ਨਵਾਂ ਨਵਾਂ ਟ੍ਰੈਂਡ ਚੱਲਿਆ ਸੀ ਵੀ VCD ਕਰਨੀ ਆ ਜਿਹੜਾ ਆਰਟਿਸਟ ਉਹਨੇ ਟੇਪ ਕੀਤੀ ਨਾ ਕੰਪਨੀ ਨੇ ਆਹੋ ਸਾਰੀ ਨੂੰ ਛੂਟ ਕਰਨਾ ਹਾਂਜੀ ਹਾਂ ਡਾਂਸ ਵਾਲੇ ਲੜਕੇ ਲੜਕੀਆਂ ਬੁਲਾ ਕੇ ਲਿਪਸਿੰਗ ਕਰਦੇ ਹੋ ਹਨਾ ਤਾਂ ਮੈਨੂੰ ਮਨੀਸ਼ ਨੇ ਕਿਹਾ ਕਹਿੰਦਾ ਨੀ ਭਾਈ ਸਾਹਿਬ ਤੁਹਾਡੇ ਇਸ ਤਰ੍ਹਾਂ ਕਰਨੀ ਆਪਾਂ ਵੀ ਲਾਈਵ ਆਲ ਕਰਾਊਡ ਇਕੱਠਾ ਕਰਨਾ ਤੁਸੀਂ ਲਾਈਵ ਗਾਉਣਾ ਉਹ ਤੁਸੀਂ ਐਡਿਟ ਕਰਕੇ ਆਪ ਹੀ ਰਿਲੀਜ਼ ਕਰਾਂਗੇ ਹਨਾ ਤਾਂ ਮੈਂ ਦੱਸ ਗਿਆ ਮੈਂ 2001 ਵੀ ਉਹ ਰਿਕਾਰਡਿੰਗ ਸੀ ਵੀ ਸਾਲ ਕੁ ਬਾਅਦ ਉਹਨਾਂ ਨੇ ਸ਼ਾਇਦ 8-10 ਮਹੀਨੇ ਬਾਅਦ ਰਿਲੀਜ਼ ਕੀਤੀ ਹੈ ਹਾਂਜੀ 2002 ਚ ਆਈ ਐਮ ਐ ਜਿੱਥੋਂ ਤੱਕ ਮੇਰਾ ਹਿਸਾਬ ਹੈ ਦੇਖ ਲਓ ਕਮਾਲ ਦੀ ਪਿਰਤ ਪੈ ਗਈ ਪਰ ਭਾਜੀ ਉਹ ਇੱਦਾਂ ਸੀਗਾ ਨਾ ਵੀ ਜਦੋਂ ਲਾਈਵ ਹੋਣਾ ਤਾਂ ਸਭ ਕੁਛ ਹੀ ਲਾਈਵ ਹੋਣਾ ਜਿਹਨਾਂ ਨੂੰ ਨਹੀਂ ਵੀ ਪਤਾ ਸੀਗਾ ਸੰਗੀਤ ਦਾ ਉਹ ਵੀ ਗਾਇਕਾਂ ਨੂੰ ਪਤਾ ਸੀਗਾ ਵੀ ਮੈਂ ਆਹ ਗੀਤ ਪਹਿਲੇ ਤੋਂ ਗਾਣਾ ਆਹ ਗੀਤ ਦੂਜੇ ਤੋਂ ਗਾਣਾ ਉਹਨੇ ਜਾ ਕੇ ਕੀਬੋਰਡ ਵਾਲੇ ਨੂੰ ਦੱਸ ਦੇਣਾ ਹਨਾ ਇੱਕ ਤਾਂ ਇਹ ਗੱਲ ਆ ਕਹਿੰਦੇ ਵਿੱਚ ਹੋਰ ਮੈਨੂੰ ਗੱਲ ਯਾਦ ਆ ਗਈ ਤੇ ਉਹ ਗਾਇਕ ਨੇ ਸੁਰ ਨਹੀਂ ਦੱਸਿਆ ਕੀਬੋਰਡ ਵਾਲੇ ਨੂੰ ਤੇ ਉਹ ਕੀਬੋਰਡ ਵਾਲਾ ਕਹਿੰਦਾ ਜੀ ਕਿੱਥੋਂ ਵੀ ਕਿੱਥੋਂ ਗਾਣਾ ਤੁਸੀਂ ਤੇ ਉਹ ਗਾਇਕ ਮੋਹਰਿਓ ਕਹਿੰਦਾ ਜੀ ਕਹਿੰਦਾ ਮੈਂ ਨਵੇਂ ਸ਼ਹਿਰ ਤੋਂ ਇਸ ਤਰ੍ਹਾਂ ਦੇ ਆਪਣੇ ਸੰਸਾਰ ਬਹੁਤ ਚੱਲਦੇ ਆ ਇੱਕ ਮੁੰਡੇ ਮਿਊਜ਼ੀਸ਼ੀਅਨਾਂ ਕੋਲ ਆਪਣੇ ਜਿਹੜੇ ਸਜਿੰਦੇ ਹੁੰਦੇ ਆ ਉਹਨਾਂ ਕੋਲ ਗੱਲਾਂ ਬਹੁਤ ਜਮ੍ਹਾਂ ਹੋਈਆਂ ਹੁੰਦੀਆਂ ਹਾਂਜੀ ਹਾਂਜੀ ਉਹਦਾਂ ਕਿਸੇ ਮੇਲੇ ਤੇ ਕਹਿੰਦੇ ਅਸੀਂ ਵਜਾਉਣ ਗਏ ਵੀ ਸਾਡਾ ਵੀ ਇੱਕੋ ਕਹਿੰਦੇ ਵੀ ਸਾਰੇ ਮੇਲੇ ਸਾਰੇ ਕਲਾਕਾਰਾਂ ਨੇ ਇਹ ਵਜਾਉਗੇ ਹਨਾ ਤਾਂ ਕਹਿੰਦੇ ਇੱਕੋ ਕਲਾਕਾਰ ਆਇਆ ਭਰਾ ਤਾਂ ਉਹ ਢੋਲਾ ਕਿਉਂ ਕਹੀ ਜਾਵੇ ਦੂਜਾ ਕਲਾ ਰੱਖ ਦੂਜਾ ਕਲਾ ਉਹ ਕਹਿੰਦਾ ਨਹੀਂ ਭਰਾਵਾ ਕੀ ਬੋਲ ਰਿਹਾ ਨੂੰ ਦੱਸ ਹਾਂਜੀ ਹਾਂਜੀ ਨਹੀਂ ਆਪਣੇ ਰੇਸ਼ਮ ਸੁੰਦਰ ਹੋਣੀ ਭਾਜੀ ਘਰ ਦੀ ਗੱਲ ਆ ਉਹ ਰੇਸ਼ਮ ਸੁੰਦਰ ਹੋਣੀ ਨਾ ਕਿਸੇ ਸਟੇਜ ਤੇ ਮਨਮੋਹਨ ਦੇ ਪ੍ਰੋਗਰਾਮ ਚ ਗਏ ਤੇ ਕਹਿੰਦੇ ਮੈਂ ਗੀਤ ਗਾਣਾ ਤੇ ਮਨਮੋਹਨ ਕਹਿੰਦਾ ਗਾਓ ਜੀ ਇਹ ਸਟੇਜ ਤੇ ਗਏ ਤੇ ਜਾ ਕੇ ਆਪਣੇ ਕਾਕੇ ਨੂੰ ਕਹਿੰਦੇ ਢੋਲੀ ਨੂੰ ਕਹਿੰਦੇ ਪਹਿਲੇ ਕਾਲੇ ਤੋਂ ਭੈਰ ਵੀ ਬਹੁਤ ਅੱਛੇ ਸਹੀ ਗੱਲ ਬਿਲਕੁਲ ਏਦਾਂ ਦੇ ਬੜੇ ਬੜੇ ਹਾਸੇ ਪੈਂਦੇ ਆਪਣੇ ਕੰਮ ਚ ਨਾ ਏਦਾਂ ਹਾਂਜੀ ਪਰ ਮੈਂ ਉਹ ਕਹਿਣਾ ਇਹ ਸੀਗਾ ਵੀ ਅੱਗੇ ਤਾਂ ਇਹ ਹੁੰਦਾ ਸੀਗਾ ਨਾ ਸੁਰ ਦੱਸਦੇ ਸੀ ਹਾਂ
ਬਿਲਕੁਲ ਹੁਣ ਨਾਲੇ ਟੈਂਪੋ ਵੀ ਦੱਸਦੇ ਆ ਹੁਣ ਕਹਿੰਦੇ ਆ ਜੀ ਪਹਿਲੇ ਕਾਲੇ ਤੋਂ ਭੈਰ ਵੀ 80 ਤੇ ਉਹ ਸਿੰਗਲ ਬੀਟ ਹਾਂਜੀ ਹਾਂਜੀ ਉਹ ਕਹਿੰਦੇ ਯਾਰ ਵੀ ਲੋਕਾਂ ਨੇ ਹੁਣ ਡੀਜੇ ਤੇ ਕੰਨ ਲੱਗੇ ਆਉਂਦੇ ਵੀ ਉੱਥੇ ਬਹੁਤ ਭਰ ਕੇ ਬੀਟ ਆਉਂਦੀ ਪਰ ਜਿਹੜਾ ਇਹ ਕੰਨ ਲੱਗਣ ਦੀ ਗੱਲ ਆ ਨਾ ਉਹ ਕੰਨ ਦੀ ਜੀ ਗੱਲ ਆ ਕਿ ਕਹਿੰਦੇ ਨਾ ਇੱਕ ਬੰਦਾ ਲਾਹੌਰ ਸ਼ਹਿਰ ਦੇ ਵਿੱਚ ਆਇਆ ਤੇ ਉਹ ਜੀ ਸੀਗਾ ਕੀੜਿਆਂ ਮਕੌੜਿਆਂ ਦਾ ਵਿਗਿਆਨੀ ਤੇ ਉਹ ਬੰਦਾ ਜਿਹੜਾ ਗੱਲ ਕਰੇ ਨਾ ਉਹ ਰੇਡੀਓ ਹੋਸਟ ਆ ਤੇ ਉਹ ਕਹਿੰਦਾ ਮੇਰੇ ਕੋਲ ਆਇਆ ਤੇ ਕਹਿੰਦਾ ਮੈਂ ਕਿਹਾ ਤੁਸੀਂ ਕੀ ਕਰਨ ਆਏ ਆ ਉਹ ਕਹਿੰਦਾ ਜੀ ਮੈਂ ਲਾਹੌਰ ਸ਼ਹਿਰ ਦੇ ਵਿੱਚ ਬੀਂਡਿਆਂ ਦੀ ਸਟੱਡੀ ਕਰਨ ਆਇਆ ਕਹਿੰਦਾ ਮੈਂ ਕਿਹਾ ਤੈਨੂੰ ਇੱਥੋਂ ਬੀਂਡੇ ਕਿੱਥੇ ਸੁਣਨੇ ਆ ਸ਼ਹਿਰ ਦੇ ਵਿੱਚ ਤਾਂ ਰੌਲਾ ਹੀ ਬਹੁਤ ਆ ਹਨਾ ਇਹ ਤਾਂ ਇੱਥੇ ਤੈਨੂੰ ਬੀਂਡੇ ਕਿੱਥੇ ਉਹ ਕਹਿੰਦਾ ਨਹੀਂ ਸੁਣ ਜਾਂਦੇ ਆ ਕਹਿੰਦਾ ਅਸੀਂ ਤੁਰੇ ਜਾਈਏ ਲੰਚ ਕਰਨ ਜਾਂਦੇ ਸੀਗੇ ਤੇ ਕਹਿੰਦਾ ਮੈਂ ਉਹਦੇ ਨਾਲ ਕਹਾਂ ਹੀ ਜਾਵਾਂ ਉਹਨੂੰ ਉਹ ਨਹੀਂ ਨਹੀਂ ਤੈਨੂੰ ਬੀਂਡੇ ਨਹੀਂ ਸੁਣ ਸਕਦੇ ਕਹਿੰਦਾ ਉਹਨੇ ਕੀ ਕੀਤਾ ਆਪਣੀ ਜੇਬ ਚੋਂ ਠਿਆਨੀ ਕੱਢੀ ਤਾਂ ਸੜਕ ਤੇ ਸਿੱਟ ਦਿੱਤੀ ਤੇ ਕਹਿੰਦਾ ਜਦੋਂ ਸੜਕ ਤੇ ਟਿੰਗ ਦੇਣੀ ਠਿਆਨੀ ਡਿੱਗੀ ਤਾਂ ਕਹਿੰਦਾ ਇੱਕ ਰਿਕਸ਼ੇ ਵਾਲਾ ਰੁਕ ਗਿਆ 10 ਬੰਦੇ ਹੋਰ ਰੁਕ ਗਏ ਕਹਿੰਦਾ ਕਿ ਤੁਰੀ ਜਾਂਦੀ ਬੱਸ ਰੁਕ ਗਈ ਕਹਿੰਦਾ ਬੱਸ ਚੋ ਬੰਦੇ ਉਤਰੇ ਆ ਕਹਿੰਦੇ ਯਾਰ ਕਿਤੇ ਭਾਣ ਡਿੱਗੀ ਆ ਤੇ ਕਹਿੰਦਾ ਉਹ ਕਹਿੰਦਾ ਦੇਖਿਆ ਕਹਿੰਦਾ ਗੱਲ ਇਹ ਆ ਕਹਿੰਦਾ ਜਿੱਦਾਂ ਤੁਹਾਡੇ ਕੰਨ ਭਾਨ ਦੇ ਖੜਾਕੇ ਤੇ ਲੱਗੇ ਹੋ ਨਾ ਤੇ ਇੱਦਾਂ ਕਹਿੰਦਾ ਸਾਡੇ ਕੰਨ ਬੀਂਡਿਆਂ ਤੇ ਲੱਗੇ ਹੋ ਮੇਰੀ ਖੋਜ ਇਹ ਆ ਮੈਂ ਉਹ ਸੁਣਨੇ ਆ ਬਿਲਕੁਲ ਉਹਨਾਂ ਦੀ ਹਾਂ ਸੋ ਇੱਦਾਂ ਭਾਜੀ ਉਹ ਲੋਕਾਂ ਦੇ ਜਿਹੜੇ ਕੰਨ ਲੱਗੇ ਉਹ ਤਾਂ ਮੰਨਦੇ ਆ ਬਿਲਕੁਲ ਪਰ ਨਾ ਇੱਕ ਹੋਰ ਭਾਜੀ ਸਟੱਡੀ ਹੁੰਦੀ ਆ ਉਹ ਇਹ ਹੁੰਦੀ ਆ ਸਾਇੰਸ ਦੇ ਵਿੱਚ ਲੋਕ ਕਰਦੇ ਆ ਵੀ ਕੋਈ ਚੀਜ਼ ਕਿੰਨਾ ਚਿਰ ਚੱਲੂਗੀ ਫਾਰਮੂਲਾ ਨਵਾਂ ਆਇਆ ਕੋਈ ਹਾਂ ਕਿੰਨਾ ਚਿਰ ਚੱਲੇਗਾ ਅਪਲਾਈ ਹੋਏਗਾ ਕਿੰਨਾ ਚਿਰ ਉਹਦਾ ਇਹ ਫਾਰਮੂਲਾ ਆ ਕਹਿੰਦੇ ਪਹਿਲਾਂ ਇਹ ਦੇਖੋ ਵੀ ਇਹ ਕਿੰਨੇ ਚਿਰ ਤੋਂ ਚੱਲਦਾ ਆ ਜਿਹੜੀ ਚੀਜ਼ ਬਿਲਕੁਲ ਨਵੀਂ ਆ ਉਹਦੇ ਗਾਂਹ ਚੱਲਣ ਦੇ ਚਾਂਸ ਵੀ ਬਹੁਤ ਘੱਟ ਆ ਜਿਹੜੀ ਚੀਜ਼ ਜਿੰਨੀ ਪੁਰਾਣੀ ਆ ਉਹਦੇ ਗਾਂਹ ਚੱਲਣ ਦੇ ਵੀ ਚਾਂਸ ਜ਼ਿਆਦੇ ਜਿੱਦਾਂ ਕਿ ਹੁਣ ਜਦੋਂ ਸੀਡੀਆਂ ਆਈਆਂ ਸੀਗੀਆਂ ਉਦੋਂ ਕਈ ਲੋਕ ਮੈਨੂੰ ਪੁੱਛਦੇ ਹੁੰਦੇ ਸੀ ਸੀਡੀਆਂ ਕਿੰਨਾ ਚਿਰ ਚੱਲੂਗੀਆਂ ਮੈਂ ਉਦੋਂ ਵੀ ਕਹਿਣਾ ਮੈਂ ਕਹਿਣਾ ਯਾਰ 10 ਸਾਲ ਚੱਲ ਸਕਦੀਆਂ ਕਿਉਂਕਿ ਇਹਨਾਂ ਨੂੰ ਆਇਆਂ ਨੂੰ 10 ਸਾਲ ਹੋਏ ਆ ਉਹਨਾਂ ਨੇ ਕਹਿਣਾ ਨਹੀਂ 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 ਹੁਣ ਤਾਂ ਸੀਡੀ ਚੱਲੂ ਦੇਖ ਲਓ ਆਪਾਂ ਵੀ ਸੋਚਦੇ ਹੁੰਦੇ ਅਗਲਾ ਕਿਹੜਾ ਫਾਰਮੈਟ ਆਊਗਾ ਜਾਂ ਪਹਿਲਾਂ ਰਿਕਾਰਡ ਹੁੰਦੇ ਸੀ LP ਰਿਕਾਰਡ ਫਿਰ ਪਰ ਇਸ ਗੱਲ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਇਹ ਦੇਖੋ ਵੀ ਪਹਿਲਾਂ ਤੋਂ ਪਿਛਲੀ ਚੀਜ਼ ਕਿਹੜੀ ਚੱਲਦੀ ਹੈ ਜਿੱਥੋਂ ਤੱਕ ਸੰਗੀਤ ਦਾ ਸੰਬੰਧ ਆ ਸਭ ਤੋਂ ਪਹਿਲਾਂ ਕੀ ਚੱਲਿਆ ਲਾਈਵ ਪਰਫਾਰਮੈਂਸ ਚੱਲਣ ਲੱਗੀ ਹੈ ਅਖਾੜੇ ਚੱਲਣ ਲੱਗੇ ਜੀ ਹਜ਼ਾਰਾਂ ਸਾਲਾਂ ਤੋਂ ਹਜ਼ਾਰਾਂ ਸਾਲ ਬੰਦੇ ਨੂੰ ਹੋ ਗਿਆ ਲਾਈਵ ਮਿਊਜ਼ਿਕ ਸੁਣਦੇ ਨੂੰ ਤੇ ਉਹ ਤੋਂ ਆਪਣਾ ਮਨ ਪਰਚਾਉਂਦੇ ਨੂੰ ਤੇ ਇਹਦਾ ਮਤਲਬ ਜਿਹੜੀ ਲਾਈਵ ਪਰਫਾਰਮੈਂਸ ਆ ਇਹ ਹਜ਼ਾਰਾਂ ਸਾਲ ਚੱਲ ਸਕਦੀ ਹੈ ਇਸੇ ਤਰੀਕੇ ਨਾਲ ਇਸ ਚੀਜ਼ ਨੂੰ ਆਪਾਂ ਇੱਥੋਂ ਤੱਕ ਵੀ ਵਧਾ ਸਕਦੇ ਹਾਂ ਕਿ ਜੇ ਦੁਨੀਆਂ ਚ ਭਾਸ਼ਾ ਵੀ ਮੁੱਕ ਜਾਵੇ ਬੰਦੇ ਦੀ ਬੰਦਾ ਫੇਰ ਵੀ ਹੱਸੂਗਾ ਵੀ ਤੇ ਰੋਊਗਾ ਵੀ ਕਿਉਂਕਿ ਹੱਸਣਾ ਤੇ ਰੋਣਾ ਬੋਲਣ ਨਾਲੋਂ ਪੁਰਾਣੇ ਮਨ ਨਾਲ ਸੰਬੰਧ ਹੈ ਇਨਸਾਨ ਦਾ ਜਦੋਂ ਦਾ ਇਨਸਾਨ ਵਜੂਦ ਵਿੱਚ ਆਇਆ ਧਰਤੀ ਦੇ ਉਦੋਂ ਦਾ ਚੱਲਿਆ ਆਉਂਦਾ ਨਾਲ ਹਾਂ ਉਦੋਂ ਦਾ ਚੱਲਿਆ ਆਉਂਦਾ ਆਪਾਂ ਹੁਣ ਸੋਚਦੇ ਯਾਰ ਜੇ ਹੁਣ ਚਲੋ ਕਮਿਊਨੀਕੇਸ਼ਨ ਹੈਗੀ ਆ ਵੀ ਜੇ ਭਾਸ਼ਾ ਨਾ ਹੋਵੇ ਜ਼ੁਬਾਨ ਨਾ ਹੋਵੇ ਪਤਾ ਕਿੰਨਾ ਔਖਾ ਆ ਪਹਿਲੀ ਗੱਲ ਹੋਈ ਜਿਹੜਾ ਬੰਦਾ ਸਾਡੀ ਭਾਸ਼ਾ ਨਹੀਂ ਸਮਝਦਾ ਮੇਰੇ ਵਰਗੇ ਨੂੰ ਉਹ ਕਿੰਨੀ ਦਿੱਕਤ ਆ ਜਾਂਦੀ ਆ ਇੰਗਲਿਸ਼ ਬੋਲਣੀ ਪੈ ਜਾਵੇ ਉੱਥੇ ਵੀ ਵਿਪਤਾ ਪੈ ਜਾਂਦੀ ਜੇ 2-4 ਸੈਂਟੈਂਸ ਜੋੜ ਕੇ ਆਪਾਂ ਮਾੜੀ ਮੋਟੀ ਗੱਲ ਕਰਦੇ ਹਾਂ ਪਰ ਉੱਦਾਂ ਇੱਕ ਤਰੀਕੇ ਨਾਲ ਭਾਸ਼ਾ ਨੇ ਭਾਜੀ ਸਿੰਪਲ ਵੀ ਕਰ ਦਿੱਤੀ ਗੱਲ ਹੁਣ ਇੱਦਾਂ ਆ ਵੀ ਉੱਦਾਂ ਪਤਾ ਨਹੀਂ ਪਿਆਰ ਜਾਂ ਉਦਾਸੀ ਕਿੱਡੀ ਬੜੀ ਚੀਜ਼ ਆ ਪਰ ਜਦੋਂ ਅਸੀਂ ਉਹਦੇ ਲਈ ਸ਼ਬਦ ਬਣਾ ਲਿਆ ਉਹ ਸ਼ਬਦ ਤੱਕ ਲਿਮਿਟਡ ਰਹਿ ਜਾਂਦੀ ਹਾਂ ਉਹ ਸ਼ਬਦ ਇਹ ਉਹਨੂੰ ਬਿਆਨ ਕਰਦਾ ਸਿਰਫ ਹਾਂ ਆਈ ਲਵ ਯੂ ਆਈ ਹੇਟ ਯੂ ਆਈ ਮਿਸ ਯੂ ਹਨਾ ਹਾਂਜੀ ਅੱਛਾ ਭਾਜੀ ਇਹ ਤੋਂ ਮੈਨੂੰ ਆ ਲਵ ਯੂ ਹੇਟ ਯੂ ਤੋਂ ਗੱਲ ਯਾਦ ਆਈ ਆ ਕਿ ਜਦੋਂ ਤੁਸੀਂ ਪਹਿਲਾਂ ਗੀਤ ਲਿਖਣ ਲੱਗੇ ਆ ਜਦੋਂ ਤੁਹਾਨੂੰ ਪਤਾ ਵੀ ਨਹੀਂ ਸੀਗਾ ਕਿ ਮੈਂ ਗੀਤ ਲਿਖਦਾ ਸ਼ੁਰੂ ਚ ਤੇ ਉਹ ਜਦੋਂ ਤੁਸੀਂ ਇਹ ਨਿੱਜੀ ਰਿਸ਼ਤਿਆਂ ਦੀ ਜੱਦੋ ਜਹਿਦ ਬਾਰੇ ਨਿੱਜੀ ਭਾਵਨਾਵਾਂ ਦੀ ਜੱਦੋ ਜਹਿਦ ਬਾਰੇ ਗੀਤ ਲਿਖੇ ਇੱਦਾਂ ਦੇ ਗੀਤ ਬਹੁਤ ਘੱਟ ਹੁੰਦੇ ਸੀ ਇਹ ਤੁਸੀਂ ਕੀ ਸਮਝਦੇ ਆ ਕਿ ਇਹ ਤੁਹਾਡੇ ਤੇ ਅਸਰ ਹੋਇਆ ਕਿ ਜਿਹੜੀਆਂ ਤੁਸੀਂ ਕਿਤਾਬਾਂ ਪੜ੍ਹੀਆਂ ਹੋਈਆਂ ਸੀ ਜਾਣੀ ਕਿ ਜਿਹੜੀਆਂ ਕਵਿਤਾਵਾਂ ਵਾਰਤਕ ਪੜ੍ਹੀ ਹੋਈ ਸੀ ਪਹਿਲਾਂ ਹਾਂ ਸਰ ਮੈਨੂੰ ਇਹ ਚੀਜ਼ ਲੱਗਦੀ ਆ ਇੱਕ ਤਾਂ ਚਲੋ ਮੈਂ ਇਹ ਸ਼ਾਇਰਾਂ ਨੂੰ ਪੜ੍ਹ ਲਿਆ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਪੜ੍ਹ ਲਿਆ ਹਨਾ ਹਾਂਜੀ ਹਾਂਜੀ ਡਾਕਟਰ ਜਗਤਾਰ ਸਾਹਿਬ ਦੇ ਸਟੂਡੈਂਟ ਵੀ ਅਸੀਂ ਰਹੇ ਹਾਂ ਤੇ ਗੁਰਜੀਤ ਪਾਤਰ ਸਾਹਿਬ ਨਾਲ ਮੁਲਾਕਾਤ ਹੋਈ ਹਾਂਜੀ ਇਹ ਸਾਹਿਰ ਤੋਂ ਮੈਂ ਬਹੁਤ ਮੁਤਾਸਰ ਹੋਇਆ ਸਾਹਿਰ ਲੁਧਿਆਣਵੀ ਸਾਹਿਬ ਹਾਂਜੀ ਹਨਾ ਉਹਨੂੰ ਜ਼ਿੰਦਗੀ 'ਚ ਕਦੇ ਮਿਲ ਨਹੀਂ ਸਕੇ ਬਹੁਤ ਪਹਿਲਾਂ ਚਲੇ ਗਏ ਸੀ ਦੁਨੀਆ ਤੋਂ ਹਾਂਜੀ ਤੇ ਮੈਨੂੰ ਉਹ ਲੱਗਦਾ ਵੀ ਨਿੱਜੀ ਤੌਰ ਤੇ ਜਾ ਕੇ ਉਹਨਾਂ ਦੇ ਲਿਖਣ ਦੇ ਢੰਗ ਨੇ ਜਾਂ ਜਿਸ ਤਰ੍ਹਾਂ ਦੇ ਉਹਨਾਂ ਨੇ ਗੀਤ ਲਿਖੇ ਜਿਸ ਲੈਵਲ ਦੇ ਸਾਹਿਰ ਸਾਹਿਬ ਨੇ ਫਿਲਮਾਂ 'ਚ ਲਿਖੇ ਹਨਾ ਔਰਤ ਨੇ ਜਨਮ ਦੀਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਆ ਮਿਲਤੀ ਹੈ ਜ਼ਿੰਦਗੀ ਮੈਂ ਮੁਹੱਬਤ ਕਭੀ ਕਭੀ ਮੈਂ ਪਲ ਦੋ ਪਲ ਕਾ ਸ਼ਾਇਰ ਹੂੰ ਕਿੱਡੇ ਮਕਬੂਲ ਹੋਏ ਔਰ ਉਹਨਾਂ 'ਚ ਸ਼ਾਇਰੀ ਵੀ ਸੀ ਤਾਂ ਉਹਨਾਂ 'ਚ ਇੱਕ ਇਹ ਲਾਈਟ ਮੂਡ ਵੀ ਸੀਗਾ ਹਰ ਇੱਕ ਬੰਦੇ ਨੂੰ ਸਮਝ ਵੀ ਪੈਂਦਾ ਸੀ ਔਖੇ ਸ਼ਬਦ ਕੋ
ਉਰਦੂ ਦੇ ਉਹਨਾਂ ਚ ਹੈ ਨੀ ਸੀਗੇ ਹਨਾ ਜਿਹਨੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈ ਹਨਾ ਜੇ ਦੁਨੀਆ ਅਗਰ ਮਿਲ ਵੀ ਜਾਏ ਤੋ ਕਿਆ ਹੈ ਹਨਾ ਜੀ ਤੋ ਮੈਨੂੰ ਲੱਗਦਾ ਸੰਸਾਰ ਮੈਨੂੰ ਇਹਨਾਂ ਚੀਜ਼ਾਂ ਨੇ ਬਹੁਤ ਮੁਤਾਸਰ ਕੀਤਾ ਪੜ੍ਹਿਆ ਮੈਂ ਐਕਚੁਅਲੀ ਵਾਰਤਕ ਜ਼ਿਆਦਾ ਪੜ੍ਹੀ ਆ ਪਹਿਲਾਂ ਤਾਂ ਮੈਂ ਦੇਖਿਆ ਨਾ ਨਾਵਲ ਕਹਾਣੀ ਨਾਟਕ ਮੈਂ ਬਹੁਤ ਪੜ੍ਹੇ ਆ ਅੱਜ ਮੈਨੂੰ ਪਰਮਵੀਰ ਬਾਰ ਸਾਹਿਬ ਇਹ ਗੱਲ ਪੁੱਛ ਰਿਹਾ ਸੀ ਮੈਂ ਕਿਹਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਹਿੰਦੇ ਵੀ ਤੂੰ ਵੀ ਇੱਧਰ ਨੂੰ ਕਿਉਂ ਨੀ ਤੋਰਿਆ ਤੂੰ ਵਾਰਤਕ ਕਿਉਂ ਨੀ ਲਿਖੀ ਹੁਣ ਮੈਂ ਮੇਰੇ ਕਈ ਮਿੱਤਰ ਪਿਆਰੇ ਮੈਨੂੰ ਕਹਿੰਦੇ ਆ ਯਾਰ ਤੂੰ ਤੇਰੇ ਕੋਲ ਜਿੰਨੇ ਕਰੈਕਟਰ ਤੇਰੇ ਦਿਮਾਗ ਤੋਰੇ ਫਿਰਦੇ ਆ ਕੋਈ ਹਾਸੇ ਮਜ਼ਾਕ ਦੀਆਂ ਗੱਲਾਂ ਤੂੰ ਰੇਖਾ ਚਿੱਤਰਾਂ ਦੀ ਕਿਤਾਬ ਲਿਖ ਰਹੇ ਜਸਵੰਤ ਜ਼ਫਰ ਸਾਹਿਬ ਮੈਨੂੰ ਪੋਇਟ ਜਿਹੜੇ ਉਹ ਕਹਿੰਦੇ ਹੁੰਦੇ ਕਹਿੰਦੇ ਯਾਰ ਤੇਰੇ ਕੋਲ ਤਾਂ ਮੈਟਰ ਬਹੁਤ ਆ ਹਨਾ ਹਾਸੇ ਮਜ਼ਾਕ ਦੀਆਂ ਗੱਲਾਂ ਮੈਂ ਭਾਜੀ ਪਤਾ ਨੀ ਹੁਣ ਗਾਇਕੀ ਨਾਲ ਕੰਮ ਕਰਨ ਵਾਲੇ ਇੰਨੇ ਜ਼ਿਆਦਾ ਆ ਰੁਝੇਵੇਂ ਇੰਨੇ ਵੀ ਉਧਰੋਂ ਫੁਰਸਤ ਨੀ ਮਿਲਦੀ ਵੀ ਲਿਖਣਾ ਵੀ ਹੁੰਦਾ ਨਵਾਂ ਹਨਾ ਵੀ ਉਹ ਤਿਆਰ ਕਰਨਾ ਅਦਰਵਾਈਜ਼ ਮੈਂ ਉਦੋਂ ਮੇਰੇ ਮੈਂ ਕਿਤੇ ਕਿਤੇ ਕੁਤੜੀ ਲੜਦੀ ਆ ਕਿ ਮੈਂ ਜੇ ਸੋਚਾਂ ਥੋੜਾ ਟਾਈਮ ਕੱਢ ਕੇ ਸ਼ਾਇਦ ਮੈਂ ਵਾਰਤਕ ਥੋੜੀ ਬਹੁਤੀ ਜੇ ਹੋਰ ਨਹੀਂ ਤਾਂ ਜ਼ਿਆਦਾ ਮੈਂ ਰੇਖਾ ਚਿੱਤਰ ਜ਼ਰੂਰ ਲਿਖ ਸਕਦਾ ਹਾਂ ਜਾਂ ਭਾਜੀ ਉਦਾਂ ਐਸੇ ਕੋਈ ਜਿੱਦਾਂ ਯਾਨੀ ਕਿ ਕੋਈ ਲੇਖ ਲੂਖ ਕਿਸੇ ਵੱਖ ਵੱਖ ਵਿਸ਼ਿਆਂ ਤੇ ਹਾਂ ਮੈਂ ਸੋਚਦਾ ਵੀ ਮੇਰੇ ਵਾਰਤਕ ਮੇਰੇ ਚ ਤੁਰਦੀ ਆ ਬਈ ਕਿਉਂਕਿ ਮੈਂ ਪੜ੍ਹਿਆ ਵਾਰਤਕ ਕਾਫੀ ਜ਼ਿਆਦਾ ਹਨਾ ਪਹਿਲਾਂ ਤੋਂ ਹਾਂਜੀ ਹਾਂਜੀ ਤਾਂ ਮੈਨੂੰ ਇੰਟਰਸਟਿੰਗ ਵੀ ਬਹੁਤ ਲੱਗਾ ਲਿਖ ਕੇ ਕਵਿਤਾ ਨਾਲੋਂ ਮੈਂ ਜ਼ਿਆਦਾ ਵਾਰਤਕ ਪੜ੍ਹੀ ਹੋਣੀ ਹੈ ਜਿੰਨੀ ਪੰਜਾਬੀ ਹਿੰਦੀ ਚ ਮੈਂ ਪੜ੍ਹ ਸਕਿਆ ਹਾਂਜੀ 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 ਤੇ ਹੁਣ ਚਲੋ ਤਰਜਮੇ ਮਿਲ ਜਾਂਦੇ ਟ੍ਰਾਂਸਲੇਸ਼ਨ ਹੋਰ ਭਾਸ਼ਾਵਾਂ ਦੇ ਲੇਖਕਾਂ ਦੇ ਹਨਾ ਹਾਂਜੀ ਹਾਂਜੀ ਪਰ ਭਾਜੀ ਵਾਰਤਕ ਦੇ ਵਿੱਚ ਨਾ ਬੰਦਾ ਵਿਸਥਾਰ ਚ ਲਿਖ ਸਕਦਾ ਹੁਣ ਜਿਹੜਾ ਗਾਣਾ ਆ ਉਹਦੇ ਵਿੱਚ 10 ਤਾਂ ਲਾਈਨਾਂ ਹੁੰਦੀਆਂ ਸਾਰੀਆਂ ਤੇ ਪਰ ਸਾਡੇ ਕਈ ਰਾਈਟਰ ਇੱਦਾਂ ਦੇ ਆ ਤੇ ਉਹਨਾਂ ਦੇ 50 ਅੱਖਰ ਹੁੰਦੇ ਗਾਣੇ 'ਚ ਜੇ ਵਿੱਚੋਂ 2 ਕੱਟਦੇ ਹੋ ਤਾਂ ਗੁੱਸੇ ਚੜ ਜਾਂਦਾ ਉਹ ਸਾਡੇ ਕਈ ਵਾਰ ਇੱਦਾਂ ਹੁੰਦਾ ਰਿਹਾ ਸ਼ੁਰੂ ਚ ਸਰਦਾਰ ਜਦ ਮੈਂ ਅਹੁਜਾ ਸਾਹਿਬ ਨਾਲ ਕੰਮ ਕੀਤਾ ਇੱਧਰ ਇੰਡੀਆ ਕੈਨੇਡਾ ਨਹੀਂ ਸੀ ਆਏ ਯੂਪੀ ਤੋਂ ਰਾਮ ਰਾਜ ਤੋਂ ਮੈਂ ਅਹੁਜਾ ਸਾਹਿਬ ਕੋਲ ਚਲ ਜਾਣਾ ਹਫ਼ਤਾ ਹਫ਼ਤਾ ਉਹਨਾਂ ਕੋਲ ਪੰਜ ਪੰਜ ਛੇ ਦਿਨ ਅਹੁਜਾ ਸਾਹਿਬ ਕੋਲ ਰਹਿਣਾ ਰਿਕਾਰਡਿੰਗ ਉਹ ਮਹੀਨੇ ਦੇ 30 ਦੇ 30 ਦਿਨ ਸੋਨੋ ਟੋਨ ਚ ਰਿਕਾਰਡ ਕਰਦੇ ਹੁੰਦੇ ਸੀ ਸਾਰੇ ਆਰਟਿਸਟ ਤਾਂ ਮੈਨੂੰ ਯਾਦ ਹੈ ਕਈ ਵਾਰ ਇੱਦਾਂ ਹੁੰਦਾ ਸੀ ਵੀ ਜਦੋਂ ਮੈਂ ਕਿਤੇ ਨਹੀਂ ਹੈਗਾ ਮੇਰਾ ਗਾਣਾ ਰਿਕਾਰਡ ਕਰਾਂਗੇ ਕਿਸੇ ਆਰਟਿਸਟ ਦੋ ਜੇ ਕੋਈ ਲਾਈਨ ਇੱਧਰ ਘੱਟਦੀ ਵੱਧਦੀ ਪੂਰੀ ਕਰ ਲਈ ਹੁਣ ਉਹ ਇਹ ਸਾਰਿਆਂ ਨੂੰ ਹੁੰਦਾ ਸੀ ਵੀ ਹਾਂ ਜੇ ਅਸੀਂ ਉੱਥੇ ਬੈਠਾ ਕੋਈ ਲਿਖਣ ਵਾਲਾ ਪਤਾ ਵੀ ਕੋਈ ਨਾ ਕੋਈ ਗਾਣਾ ਕਿਸੇ ਦਾ ਰਿਕਾਰਡ ਕਰਨ ਲੱਗੇ ਯਾਰ ਇਹਦਾ ਅੰਤਰੰਗ ਠੀਕ ਲੱਗਦਾ ਇਹਨੂੰ ਠੀਕ ਕਰ ਦਿਓ ਤਾਂ ਉਹ ਸਾਰੇ ਅਸੀਂ ਮਤਲਬ ਇਹ ਨੋਰਮਲ ਹੁੰਦਾ ਵੀ ਯਾਰ ਕੋਈ ਨਾ ਕੋਈ ਗੱਲ ਦਵਿੰਦਰ ਭਾਜੀ ਦੇ ਗਾਣੇ ਆ ਸੰਜੀਵ ਆਨੰਦ ਉਹਨਾਂ ਦੇ ਆ ਕਿਸੇ ਹੋਰ ਦੇ ਆ ਹਨਾ ਤਾਂ ਜੇ ਮੇਰੇ ਗਾਣੇ ਮੈਂ ਉੱਥੇ ਨਹੀਂ ਹੈਗਾ ਤਾਂ ਮੇਰੇ ਗਾਣੇ ਨੂੰ ਕਿਸੇ ਨੇ ਠੀਕ ਕਰਤਾ ਹਾਂਜੀ ਹਾਂਜੀ ਕੋਈ ਲਾਈਨ ਘਟਾ ਵਧਾ ਲਈ ਹਾਂਜੀ ਹਾਂਜੀ ਉਹ ਚੱਲਦਾ ਰਹਿੰਦਾ ਹੁੰਦਾ ਸੀ ਨੋਰਮਲ ਹੁੰਦਾ ਸੀ ਹਾਂਜੀ 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 ਨਹੀਂ ਇਹਦੇ ਵਿੱਚ ਕੋਈ ਇਹਦੇ ਵਿੱਚ ਜਿੱਦਾਂ ਇੱਥੇ ਵੀ ਜਿਹੜੇ ਹੁਣ ਜਿਹੜੇ ਰਾਈਟਰ ਆ ਤੇ ਇੱਥੇ ਰਾਈਟਰਾਂ ਨਾਲੋਂ ਐਡੀਟਰ ਬਹੁਤ ਮਸ਼ਹੂਰ ਆ ਜੀ ਹਰ ਇੱਕ ਨਾ ਪਬਲਿਸ਼ਰ ਨੇ ਐਡੀਟਰ ਰੱਖੇ ਹੋ ਆ ਜਿਹੜਾ ਰਾਈਟਰ ਆ ਉਹ ਪਹਿਲਾਂ ਆਪਣੀ ਬੁੱਕ ਐਡੀਟਰ ਨੂੰ ਭੇਜਦਾ ਤੇ ਐਡੀਟਰ ਪੜ੍ਹ ਕੇ ਉਹਦੀ ਭਾਸ਼ਾ ਉਹਦਾ ਸੌ ਕੁਛ ਉਹਦਾ ਫਲੋ ਠੀਕ ਕਰਦਾ ਜਿਹੜੇ ਇੰਗਲਿਸ਼ ਵਿੱਚ ਨਾਵਲ ਵਗੈਰਾ ਛਾਪਦੇ ਜਾਂ ਕਹਾਣੀਆਂ ਛਾਪਦੇ ਹਾਂਜੀ 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 ਓਕੇ ਉਹਦੇ ਵਿੱਚ ਐਡੀਟਰਾਂ ਦੀ ਬਹੁਤ ਦੇਣ ਆ ਕੀ ਬਾਤ ਇਸੇ ਤਰੀਕੇ ਨਾਲ ਆਪਣੇ ਬਲਵੰਤ ਗਾਰਗੀ ਹੁਣੀ ਹੋਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਬੰਦਾ ਉਹ ਨਹੀਂ ਵਧੀਆ ਰਾਈਟਰ ਬਣਦਾ ਜਿਹੜਾ ਰਾਈਟਰ ਵਧੀਆ ਵਧੀਆ ਰਾਈਟਰ ਉਹ ਆ ਜਿਹੜਾ ਐਡੀਟਰ ਵਧੀਆ ਆ ਇਹ ਅਜੀਤ ਕੌਰ ਨੇ ਵੀ ਕਿਤੇ ਗੱਲ ਲਿਖੀ ਸੀ ਸੰਤਾਰ ਮੈਨੂੰ ਯਾਦ ਆ ਹਾਂਜੀ ਉਹ ਕਹਿੰਦੀ ਮੈਂ ਸਭ ਤੋਂ ਵੱਡੀ ਆਲੋਚਕ ਆਪਣੀ ਮੈਂ ਆਪ ਹਾਂ ਕਹਿੰਦੀ ਮੈਂ ਬੇਦਰਦੀ ਨਾਲ ਆਪਣੇ ਸਫ਼ੇ ਲਿਖੇ ਪਾੜ ਕੇ ਉਹਨੂੰ ਕੂੜੇ ਵਾਲੀ ਟੋਕਰੀ ਸੁੱਟ ਦਿੰਦੀ ਹਾਂਜੀ ਹਾਂਜੀ ਹਾਂ ਪਹਿਲਾਂ ਅਜੀਤ ਕੌਰ ਬਾਰੇ ਆਪਾਂ ਸੋਚ ਨਹੀਂ ਸਕਦੇ ਵੀ ਯਾਰ ਕੋਈ ਫਜ਼ੂਲ ਵੀ ਲਿਖਦੀ ਹੋਊਗੀ ਹਨਾ ਪਰ ਉਹ ਆਪਣੇ ਆਪ ਨਾਲ ਇੰਨੀ ਸਖਤੀ ਨਾਲ ਪੇਸ਼ ਆਉਂਦੇ ਸ਼ਾਇਦ ਇਸੇ ਕਰਕੇ ਐਡੇ ਮਹਾਨ ਬਣੇ ਮੈਨੂੰ ਲੱਗਦਾ ਮੈਂ ਸੋਚਦਾ ਹੁੰਦਾ ਕਈ ਹਾਂਜੀ 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 ਜਾਂ ਨਹੀਂ ਤਾਂ ਕਈ ਵਾਰ ਆਪਾਂ ਤਰੀਫ ਦੇ ਭੁੱਖੇ ਹੋਣ ਸਾਡੀ ਸਿਫਤ ਹੀ ਹੋ ਜਾਵੇ ਸਾਡੀ ਕੋਈ ਰੋਚਨਾ ਗੱਲ ਪੈਣ ਨੂੰ ਪਰ ਮੈਂ ਕਿਹਾ ਇਹ ਲੋਕੀ ਜਿਹੜੇ ਅਸਲ ਚ ਮਹਾਨ ਆ ਕਿਉਂਕਿ ਇਹ ਵੀ ਉਹ ਲੋਚਨਾ ਆਪਣੀ ਆਪ ਹੀ ਪਹਿਲਾਂ ਆਪ ਹੀ ਕਰ ਲੈਂਦੇ ਆ ਦੂਜੇ ਦੇ ਕਰਨ ਜੋਗੀ ਮਤਲਬ ਬਚਦੀ ਨੀ ਸ਼ਾਇਦ ਉਹ ਚ ਕੋਈ ਨੁਕਸ ਕੱਢਣ ਜਾਂ ਉਂਗਲ ਰੱਖਣ ਹਾਂਜੀ ਹਾਂਜੀ ਨਹੀਂ ਛੱਡਦੇ ਉਹ ਲੋਕ ਨਹੀਂ ਇੱਕ ਨਾ ਆਪਣਾ ਮਿਆਰ ਹੁੰਦਾ ਪਰ ਉਹ ਮਿਆਰ ਜਿੱਦਾਂ ਤੁਸੀਂ ਪਹਿਲਾਂ ਗੱਲ ਕਹੀ ਉਹ ਮਿਆਰ ਬਣਦਾ ਉੱਥੋਂ ਆ ਕਿ ਤੁਹਾਡੇ ਅੰਦਰ ਕੀ ਆ ਤੁਸੀਂ ਪੜ੍ਹਿਆ ਕੀ ਤੁਸੀਂ ਯਾਦ ਕੀ ਕੀਤਾ ਹਨਾ ਅੱਛਾ ਮੈਂ ਇੱਕ ਗੱਲ ਤੁਹਾਨੂੰ ਭਾਜੀ ਪੁੱਛਣੀ ਸੀ ਵੀ ਤੁਸੀਂ ਕਦੇ ਸਾਡੇ ਪਾਪਾ ਜੀ ਨੂੰ ਮਿਲੇ ਆ ਬੜੀ ਵਾਰ ਅੱਜ ਤਾਂ ਸਪੈਸ਼ਲ ਜੇ ਘਰ ਵੀ ਬੈਠੇ ਚਲੋ ਬੈਂਜੋ ਸੁਣ ਕੇ ਆਉਣੇ ਪਾਪਾ ਨੂੰ ਹਵੇਲੀ ਜਾਂਦੇ ਆ ਹਵੇਲੀ ਅੱਛਾ ਅੱਛਾ ਮੈਂ ਨੀ ਨਾ ਗਿਆ ਕਦੇ ਤੁਹਾਡੇ ਨਾਲ ਬੈਂਜੋ ਗੀਠੀ ਉਹਨੇ ਸ਼ੈਲਫ ਜੇ ਤੇ ਬੈਂਜੋ ਪਾਈ ਹੁੰਦੀ ਸੀ ਫਿਰ ਬੈਂਜੋ ਚੱਕ ਕੇ ਮਹਾਰਾਜ ਬਸ ਕੋਈ ਤਰਜੇ ਸੁਣਾ ਦਿਓ ਮੈਨੂੰ ਯਾਦ ਆ ਮੈਂ ਤਾਂ ਕਮਲ ਨਾਲ ਜਾ ਕੇ ਹੋਰ ਕੋਈ ਮਿੱਤਰ ਨਾਲ ਗਿਆ ਹਨਾ ਹਾਂਜੀ ਤੇ ਬਿੰਦਾ ਫੌਜੀ ਇੱਧਰੋਂ ਗਿਆ ਜਾਂ ਹੋਰ ਕੋਈ ਕੈਨੇਡਾ ਮਿੱਤਰ ਜਾਂ ਉੱਥੇ ਵੀ ਜਦੋਂ ਕਦੇ ਜਾਣਾ ਹਾਂਜੀ ਹਾਂਜੀ ਤਾਂ ਫਿਰ ਉਹ ਤਾਂ ਮੋਸਟਲੀ ਹਵੇਲੀ ਹੁੰਦੇ ਜੇ ਘਰ ਵੀ ਗਏ ਜੋ ਤੁਹਾਡੀ ਦਾਦੀ ਜੀ ਵਜੀਦੇ ਸੀ ਮੈਨੂੰ ਉਹ ਵੀ ਯਾਦ ਆ ਇੱਕ ਵਾਰੀ ਤਾਂ ਉਹਨੇ ਕਹਿਣਾ ਕਿੱਦਾਂ ਦਿਲਬਾਗ ਨੂੰ ਮਿਲਿਆ ਕਿਹੜਾ ਨਹੀਂ ਬੇਬੇ ਹੁਣ ਤੁਹਾਨੂੰ ਮਿਲ ਕੇ ਬਾਅਦ ਜਾਂਦੇ ਜਦ ਪਿੰਡ ਵੀ ਰਹਿੰਦੇ ਸੀਗੇ ਸ਼ੁਰੂ ਤੋਂ ਹਾਂ 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 ਉਹ ਮੈਂ ਭਾਜੀ ਤਾਂ ਪੁੱਛਿਆ ਕਿਉਂਕਿ ਉਹ ਐਸੇ ਇਨਸਾਨ ਸੀਗੇ ਕਿ ਉਹਨਾਂ ਦਾ ਅਸਲੀ ਪਤਾ ਉਹਨਾਂ ਨੂੰ ਮਿਲ ਕੇ ਹੀ ਲੱਗਦਾ ਸੀ ਹਾਂ ਸਹੀ ਗੱਲ ਬਿਲਕੁਲ ਉਹ ਜ਼ਿੰਦਗੀ ਨਾਲ ਜੁੜੇ ਹੋਏ ਲੋਕ ਸੀ ਸੰਤਾਰ ਮੇਰੇ ਹਿਸਾਬ ਨਾਲ ਜਿੰਨਾ ਮੈਂ ਅਬਜ਼ਰਵ ਕੀਤਾ ਜਦੋਂ ਉਹ ਗੁਜ਼ਰੇ ਵੀ ਆ ਮੈਨੂੰ ਯਾਦ ਆ ਜਦੋਂ ਆਪਾਂ
ਅੰਤਮ ਸੰਸਕਾਰ ਹੋ ਰਿਹਾ ਸੀਗਾ ਤੇ ਮੀਡੀਆ ਵਾਲੇ ਮੇਰੇ ਕੋਲ ਕੈਮਰਾ ਲੈ ਕੇ ਆਏ ਸੀਗੇ ਤਾਂ ਉਹਨੇ ਕਿਹਾ ਵੀ ਤੁਸੀਂ ਇਹਨਾਂ ਬਾਰੇ ਕੁਛ ਕਹੋ ਮੈਂ ਕਿਹਾ ਵੀ ਕਹਿਣ ਨੂੰ ਤਾਂ ਬੜਾ ਕੁਛ ਆ ਪਰ ਮੈਂ ਕਿਹਾ ਆਪਾਂ ਸਾਰੇ ਜਾਣਦੇ ਹਰ ਇਨਸਾਨ ਸਭ ਤੋਂ ਜ਼ਿਆਦਾ ਦੇਣਦਾਰ ਆਪਣੇ ਮਾਂ ਬਾਪ ਦਾ ਹੁੰਦਾ ਹਾਂਜੀ ਹਨਾ ਉਹਨਾਂ ਦੇ ਜ਼ਰੀਏ ਉਹ ਇਨਸਾਨ ਜਾਮੇ ਚ ਆਉਂਦਾ ਆਪਾਂ ਜਨਮ ਲੈਂਦੇ ਹਾਂ ਬਿਲਕੁਲ ਜੀ ਮੈਂ ਕਿਹਾ ਵੀ ਇਸ ਸ਼ਖਸ ਦੀ ਮੈਂ ਕਿਹਾ ਵੀ ਇੱਕ ਤਾਂ ਹੈਗਾ ਵੀ ਚਲੋ ਇਹਨਾਂ ਦੇ ਤਿੰਨਾਂ ਭਰਾਵਾਂ ਦੇ ਡੈਡੀ ਬਹੁਤ ਵੱਡੀ ਗੱਲ ਹਨਾ ਔਰ ਮੈਂ ਕਿਹਾ ਪਲੱਸ ਮੈਨੂੰ ਇਹ ਮੈਂ ਇਹ ਸਮਝਦਾ ਵੀ ਤਿੰਨਾਂ ਦੇ ਕਾਮਯਾਬ ਹੋਣ ਪਿੱਛੇ ਜਿਹੜਾ ਸੰਗੀਤਕ ਸਫ਼ਰ ਚ ਇੰਨਾ ਕਾਮਯਾਬੀ ਨਾਲ ਤੁਸੀਂ ਹੰਡਾਇਆ ਉਹਦੇ ਚ ਸਭ ਤੋਂ ਵੱਡਾ ਯੋਗਦਾਨ ਮੈਂ ਕਿਹਾ ਸਭ ਤੋਂ ਪਹਿਲਾਂ ਔਰ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਸੀਗਾ ਡੈਡੀ ਹੋਣਾ ਹਾਂਜੀ 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 ਤੇ ਉਹਨਾਂ ਨੂੰ ਆਪ ਸ਼ੌਕ ਸੀ ਤੇ ਬਚਪਨ ਤੋਂ ਤੁਹਾਨੂੰ ਯਾਰ ਹੁਣ ਚੱਲ ਆਹ ਮੈਂ ਲੱਭਿਆ ਵੀ ਟੀਚਰ ਇਹ ਤੋਂ ਸਿੱਖੋ ਬਈ ਸੰਗੀਤ ਸਿੱਖੋ ਹਨਾ ਜੀ ਤੇ ਇਹ ਮੈਂ ਸਮਝਦਾ ਵੀ ਜੇ ਉਹ ਤੁਹਾਨੂੰ ਇੰਨੀ ਗਾਈਡੈਂਸ ਨਾ ਹੁੰਦੀ ਸ਼ਾਇਦ ਆਪਣੇ ਤੌਰ ਤੇ ਤੁਸੀਂ ਇੰਨੇ ਅਵੇਅਰ ਨਾ ਹੋ ਨਹੀਂ 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 ਕਦੇ ਵੀ ਨਾ ਸੋਣਾ ਪਹਿਲੀ ਗੱਲ ਤਾਂ ਭਾਜੀ ਇੱਧਰ ਆਉਣਾ ਹੀ ਅਸੀਂ ਕਿੱਦਾਂ ਸੀਗਾ ਜੇ ਕੋਈ ਘਰ ਨਹੀਂ ਗਾਉਂਦਾ ਤਾਂ ਕੀ ਪਤਾ ਕੀ ਕਰਨਾ ਸੀ ਹਨਾ ਬਿਲਕੁਲ ਇਹ ਮੈਂ ਉਹ ਫਿਰ ਮੀਡੀਆ ਦੇ ਟੀਵੀ ਕੈਮਰੇ ਚ ਗੱਲ ਕਹੀ ਮੈਂ ਕਿਹਾ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਯੋਗਦਾਨ ਦੇਣ ਵਾਲਾ ਸ਼ਖਸ ਅੱਜ ਦੁਨੀਆਂ ਤੋਂ ਚਲਾ ਗਿਆ ਹਾਂਜੀ ਹਾਂਜੀ ਨਹੀਂ ਸਹੀ ਗੱਲ ਇੱਕ ਜੀ ਇੱਕ ਇਹ ਤੇ ਇੱਕ ਤਰੀਕੇ ਨਾਲ ਸਾਡੇ ਫੈਨ ਵੀ ਸਭ ਤੋਂ ਬੜੇ ਸੀਗੇ ਔਰ ਫੈਨ ਵੀ ਆਲੋਚਕ ਵੀ ਸਭ ਤੋਂ ਬਸ ਮੈਂ ਹਾਂਜੀ ਹਾਂਜੀ ਭਾਜੀ ਮੈਂ ਉਹੀ ਗੱਲ ਕਹਿਣ ਲੱਗਾ ਸੀ ਗੱਲ ਮੈਂ ਤਾਂ ਹੀ ਸ਼ੁਰੂ ਕੀਤੀ ਸੀ ਆਪਾਂ ਉਹੀ ਗੱਲ ਕਰਦੇ ਸੀਗੇ ਕਿ ਆਪਣੇ ਘਰ ਚ ਕੋਈ ਆਲੋਚਨਾ ਕਰਨ ਵਾਲਾ ਚਾਹੀਦਾ ਦੱਸਣ ਵਾਲਾ ਚਾਹੀਦਾ ਬਿਲਕੁਲ 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 ਤੇ ਉਹਨਾਂ ਨੂੰ ਇਹ ਨਾ ਸੀ ਹੁੰਦਾ ਵੀ ਇਹ ਬੰਦਾ ਮੈਨੂੰ ਕੀ ਕਹੂਗਾ ਆਹੋ ਕਹਿੰਦੇ ਸੁਰਾਂ ਬਾਰੇ ਵੀ ਤਾਂ ਕਹਿੰਦੇ ਯਾਰ ਬਹੁਤਾ ਗੱਲ ਤਾਂ ਹੈ ਨੀ ਆਹ ਰੇਤ ਤੋਂ ਕੋਈ ਉੱਪਰ ਦੀ ਆ ਜਾਂਦੇ ਸ਼ੁੱਧ ਤੋਂ ਇੱਕ ਕੋਮਲ ਆ ਜਾਂਦੇ ਆ ਤਰਜਾਂ ਤਾਂ ਕਹਿੰਦੇ ਇੱਥੇ ਪਈਆਂ ਸਾਰੀਆਂ ਇਹ ਤੁਸੀਂ ਗੱਲ ਕਹੀ ਸੀ ਹੋਣਾ 20-25 ਹਾਂਜੀ ਹਾਂਜੀ ਮੈਂ ਹੁਣ ਸੋਚਦਾ ਮੈਂ ਕਿਹਾ ਯਾਰ ਹੁਣ ਯਾਰ ਕਿਤੇ ਕਿਤੇ ਮੈਂ ਆਪਣੀ ਤਰਜ ਮਾੜੀ ਮੋਟੀ ਘੜ ਲੈਂਦਾ ਬੁੱਤਾਂ ਲਾਉਣ ਜੋਗੀ ਹਨਾ ਹਾਂਜੀ ਇਹਨਾਂ ਨੂੰ ਕਹਿੰਦਾ ਯਾਰ ਐਵੇਂ ਜੋ ਮਰਜ਼ੀ ਰਾਗ ਆਹ ਸ਼ਰੂਤੀਆਂ ਆ ਏਦਾਂ ਆਹ ਬੰਦ ਸ਼ਾਇਦ ਇੰਨੇ ਮਾਤਰੇ ਚੱਲ ਗਈ ਆਹ ਰਾਗ ਆਹ ਫਲਾਨਾ ਰਾਗ ਮਿਕਸ ਹੋ ਗਿਆ ਕਹਿੰਦੇ ਤਰੀਕੇ ਤਾਂ ਦੋ ਹੀ ਆ ਸਾਹ ਤੋਂ ਦੋ ਹੀ ਰਾਹ ਆ ਇੱਧਰ ਨੂੰ ਚੱਲ ਜਾਓ ਉੱਪਰ ਦੀ ਚੱਲ ਜਾਓ ਤਾਂ ਅੰਦਰ ਵੀ ਚੱਲ ਜਾਓ ਉਹ ਬੜੀ ਕੀਮਤੀ ਗੱਲ ਹੈ ਯਾਰ ਹਨਾ ਪਰ ਉਹਨਾਂ ਨੇ ਦੇਖ ਲਓ ਕਿੱਦਾਂ ਬਾਅਦ ਵਿੱਚ ਸਿੱਖ ਲਿਆ ਜਿੱਦਾਂ ਉਹਨਾਂ ਨੂੰ ਤਾਂ ਬਿਲਕੁਲ ਨਸੀ ਆਉਂਦਾ ਬੱਤੀ ਬਾਲ ਕੇ ਬਲੇਰੇ ਉੱਤੇ ਰੱਖ ਦੀਆਂ ਸਭ ਕੁਛ ਬਚਪਨ ਤੋਂ ਇੰਨੀ ਸ਼ਿੱਦਤ ਨਾਲ ਗੰਭੀਰਤਾ ਨਾਲ ਤੁਸੀਂ ਲਿਆ ਇਸ ਵਿਸ਼ੇ ਨੂੰ ਹਨਾ ਹਾਂਜੀ ਹਾਂਜੀ ਨਹੀਂ ਇਹ ਜੀ ਇਹ ਮਾਂ ਬਾਪ ਦੀ ਦੇਣ ਬਹੁਤ ਹੁੰਦੀ ਹੈ ਇਸ ਗੱਲ ਦੇ ਵਿੱਚ ਬਿਲਕੁਲ ਬਿਲਕੁਲ ਤੇ ਇੱਦਾਂ ਹੀ ਸਾਡੇ ਬੀਬੀ ਜੀ ਹੁਣੀ ਉਹਨਾਂ ਦੀ ਵੀ ਬੜੀ ਦੇਣ ਆ ਬਿਲਕੁਲ ਬਿਲਕੁਲ ਉਹ ਤਾਂ ਸਰੋਤੇ ਹੁੰਦੇ ਆਪਾਂ ਘਰੇ ਮਹਿਫਲ ਅਵਤਾਰ ਭੰਡੇ ਲੱਗਦੀ ਹੁੰਦੀ ਸੀ ਮੈਂ ਤਾਂ ਬਿੰਦੇ ਨੇ ਇਧਰੋਂ ਆਉਣਾ ਰਿਚਮਨ ਨੂੰ ਤੜਕੇ 2-2:30 ਵਜੇ ਬੀਬੀਆਂ ਕਹਿਣਾ ਵੀ ਦਾਦੇ ਮਗਾਉਣੇ ਜਾਓ ਤੁਹਾਡੇ ਘਰ ਵਾਲੀਆਂ ਸਾਨੂੰ ਗਾਲਾਂ ਕੱਢਦੀਆਂ ਹੋਣੀਆਂ ਮੈਨੂੰ ਯਾਦ ਬਿੰਦੇ ਨੇ ਵੀ ਗੱਲ ਕਹਿਣੀ ਕਹਿਣਾ ਬੀਬੀ ਹੁਣੇ ਬਹਿਦਾ ਕਰ ਇਹ ਨਾ ਹਾਲੇ ਤੇਰੇ ਮੁੰਡਿਆਂ ਦੇ ਵਿਆਹ ਨੀ ਹੋਏ ਸਾਡੇ ਦੋ ਦੇ ਵਿਆਹ ਹੋਏ ਆ ਜਦੋਂ ਇਹਨਾਂ ਦੇ ਵਿਆਹ ਹੋ ਗਿਆ ਇਹ ਟਾਈਮ ਕੱਢ ਕੇ ਆਇਆ ਕਰੂੰਗੀ ਤੁਹਾਨੂੰ ਮਿਲਣ ਲਈ ਇਹ ਗੱਲ ਬਿੰਦੇ ਨੇ ਜ਼ਰੂਰ ਕਹਿਣੀ ਉਹ ਦੇਖ ਲਓ ਪਰ ਉਹ ਵੀ ਕੰਮ ਹੀ ਆਉਂਦੀਆਂ ਚੀਜ਼ਾਂ ਉਹ ਐਕਚੁਅਲੀ ਇਦਾਂ ਨਹੀਂ ਹੈ ਵੀ ਉਹ ਵੇਸਟ ਆਫ ਟਾਈਮ ਨਹੀਂ ਹੈ ਹਾਂ ਨਹੀਂ ਬਿਲਕੁਲ ਮੈਂ ਕੰਪੋਜ਼ਿਸ਼ਨ ਵੀ ਕਰਦਾ ਹੁਣ ਕਿਤੇ ਮੈਂ ਰਾਣਾ ਮੋਸਟਲੀ ਮੈਂ ਰਣਜੀਤ ਰਾਣਾ ਦੇ ਸਟੂਡੀਓ ਨੂੰ ਸੈਟਅਪ ਘਰੇ ਕੀਤਾ ਫਗਵਾੜੇ ਸੀ ਬੈਠੇ ਹੁੰਦੇ ਗੱਲਾਂ ਕਰਦੇ ਕੋਈ ਤਰਜ ਉਹ ਬਣਾਉਂਦਾ ਹਨਾ ਫਿਰ ਮੈਨੂੰ ਚੇਤਾ ਹੁੰਦਾ ਮੈਂ ਯਾਰ ਕਮਲ ਸੰਤਾਰ ਹੁਣੀ ਉਹਨੂੰ ਹੀ ਗੱਲ ਕਹਿੰਦੇ ਹੁੰਦੇ ਆ ਜਦੋਂ ਕੋਈ ਬਹੁਤ ਖਰਾ ਸੁਰ ਲੱਗਾ ਐਸੀ ਕੰਪੋਜ਼ਿਸ਼ਨ ਬਣੀ ਫਿਰ ਕਹਿਣਾ ਵੀ ਇਹ ਸਾਡੇ ਚ ਸਾਡਾ ਬਾਬਾ ਬੋਲਦਾ ਭੰਵਰਾ ਸਾਹਿਬ ਦੀ ਗੱਲ ਕਰਦੀ ਹਨਾ ਕਹਿੰਦਾ ਆਹ ਅੰਦਾਜ਼ ਉਹਨਾਂ ਦਾ ਵੀ ਏਦਾਂ ਸੁਰ ਲਾਉਣਾ ਇਹ ਉਹਨਾਂ ਨਾ ਫਿਰ ਉਹ ਮੈਨੂੰ ਅੱਜ ਵੀ ਕਈ ਯਾਦ ਹੈ ਵੀ ਕੋਈ ਕੰਪੋਜ਼ਿਸ਼ਨ ਵੀ ਯਾਰ ਏਦਾਂ ਬਣਾਈ ਸੀ ਕਮਲ ਨੇ ਜਦ ਤੁਸੀਂ ਏਦਾਂ ਬਣਾਈ ਸੀ ਫਿਰ ਕ੍ਰੈਡਿਟ ਦੇਣਾ ਸਤਿਕਾਰ ਵਜੋਂ ਹੱਥ ਜੋੜਨ ਵੀ ਯਾਰ ਇਹ ਉਦੋਂ ਵੀ ਜੀਦੇ ਸੀਗੇ ਭੰਵਰਾ ਸਾਹਿਬ ਜੀ ਹਾਂਜੀ ਹਾਂਜੀ ਕਹਿੰਦਾ ਇਹ ਯਾਰ ਬਾਪੂ ਬੋਲਦਾ ਸਾਡੇ ਚ ਭੰਵਰਾ ਸਾਹਿਬ ਬੋਲਦੇ ਦੇਖ ਲਓ ਜਦੋਂ ਨਾ ਅਸੀਂ ਭਾਜੀ ਬਣਾਈ ਆ ਟੇਪ ਬਣਾਈ ਆ ਪਹਿਲੀ ਮਾਈਆ ਵੀ ਤੇ ਅਸੀਂ ਭੰਵਰਾ ਸਾਹਿਬ ਉਹਨਾਂ ਨੂੰ ਫੋਨ ਕੀਤਾ ਇੰਗਲੈਂਡ ਆਇਓ ਸੀਗੇ ਤੇ ਅਸੀਂ ਕਿਹਾ ਤੁਸੀਂ ਇੱਥੇ ਆ ਜਾਓ ਅਸੀਂ ਹੁਣ ਟੇਪ ਬਣਾਉਣੀ ਆ ਤੇ ਸਾਡੀ ਟੇਪ ਬਣਾ ਦਿਓ ਮਿਊਜ਼ਿਕ ਦੇ ਦਿਓ ਉਹ ਸਾਨੂੰ ਕਹਿੰਦੇ ਨਹੀਂ ਨਹੀਂ ਮੈਂ ਤੁਹਾਨੂੰ ਤਿੰਨਾਂ ਨੂੰ ਇੰਨਾ ਸਿਖਾ ਲਿਆ ਤੁਸੀਂ ਆਪਣਾ ਆਪ ਕੰਮ ਕਰ ਸਕਦੇ ਆ ਕਰੋ ਹਾਂਜੀ ਆਪ ਹੀ ਚੱਕ ਸਕਦੇ ਹਾਂ ਚੱਕ ਦਿਓ ਤੁਹਾਡੇ ਚ ਬਹੁਤ ਸਾਨੂੰ ਹੱਲਾਸ਼ੇਰੀ ਦਿੱਤੀ ਤੇ ਜਦੋਂ ਅਸੀਂ ਬਾਅਦ ਚ ਉਹਨਾਂ ਨੂੰ ਪੁੱਛਿਆ ਅਸੀਂ ਕਿਹਾ ਜੀ ਤੁਸੀਂ ਉਦੋਂ ਸਾਨੂੰ ਬਹੁਤ ਹੱਲਾਸ਼ੇਰੀ ਦਿੱਤੀ ਸੀ ਕਹਿੰਦੇ ਉੱਦਾਂ ਠੀਕ ਆ ਤੁਸੀਂ ਹੱਲਾਸ਼ੇਰੀ ਲੈ ਲਈ ਕਹਿੰਦੇ ਮੈਂ ਤਾਂ ਇੱਦਾਂ ਸੋਚਿਆ ਸੀਗਾ ਵੀ ਇਹਨਾਂ ਕੋਲ ਪੈਸੇ ਤਾਂ ਆਪਣੇ ਗੁਜ਼ਾਰੇ ਜੋਗੇ ਹੈ ਨੀ ਮੇਰਾ ਖਰਚਾ ਕਿੱਥੋਂ ਚੱਲੂ ਕਹਿੰਦੇ ਟਿਕਟ ਲਾਊਗੇ
ਨਹੀਂ ਸਰਦਾਰ ਐਸੀ ਗੱਲ ਮੈਨੂੰ ਰਾਣਾ ਹੁਣ ਵੀ ਦੱਸ ਦਿੰਦਾ ਕਹਿੰਦਾ ਭਾਜੀ ਯਕੀਨ ਜਾਣੇ ਵਿੱਚ 7-8 ਸਾਲ ਐਜ਼ ਏ ਕੀਬੋਰਡ ਪਲੇਅਰ ਹੁਣ ਪਿੱਛੇ ਮਨੋਣ ਦੇ ਕੰਮ ਕੀਤਾ ਰਾਣੇ ਨੇ ਹਾਂਜੀ ਹਾਂਜੀ ਕਹਿੰਦਾ ਭਾਜੀ ਉਹ ਕੀਬੋਰਡ ਦੇਸੀ ਜਿਹਾ ਹੁੰਦਾ ਸੀ ਫਿਰ ਮੈਨੂੰ ਇਹ ਵੀ ਕਹਿੰਦਾ ਤਮੰਨਾ ਹੁੰਦੀ ਵੀ ਯਾਰ ਮੈਂ ਕਮਲ ਦਾ ਸੰਤਾਰ ਤੋਂ ਸਾਰੇ ਪੀਸ ਕੱਢ ਲਵਾਂ ਇੱਕ ਵਾਰੀ ਹਾਂਜੀ ਫਿਰ ਉਹ ਦੇਸੀ ਇਹ ਮਸੀਹ ਫੈਕਟ ਚੇਂਜ ਹੋਣਾ ਫਿਰ ਉੱਪਰੋਂ ਸੁਰ ਚੌਥਾ ਚਿੱਟਾ ਤੀਜਾ ਕਾਲਾ ਹੋਣਾ ਫਿਰ ਦੋ ਦੋ ਖਾਲੇ ਹੋਣੇ ਦਿਹਾੜੀ ਫਿਰ ਰਾਣੇ ਨੇ ਪਿੱਛੇ ਕਿਲ ਕਿਲ ਕਹਿੰਦਾ ਪਾਡੀਆਂ ਚੱਕ ਚੱਕ ਬੈਕ ਬੋਲ ਕਰਨਾ ਕਹਿੰਦਾ ਵੀ ਉਹ ਰਾਣਾ ਖੁਦ ਕਹਿੰਦਾ ਭਾਜੀ ਮੈਂ ਐਸਾ ਚੰਡ ਹੋਇਆ ਉਹਨਾਂ ਦਿਨਾਂ ਦਾ ਹਾਂਜੀ ਹਾਂਜੀ ਉਹਨੂੰ ਭਾਵੇਂ ਪਿੱਛੇ ਕੰਮ ਕਰਕੇ ਫੇਰ ਇੱਕ ਤਾਂ ਕੰਮ ਫਿਰ ਦੇਖਣਾ ਅੱਛਾ ਯਾਰ ਆਹ ਕਿੱਦਾਂ ਪੀਸ ਬਣਾਇਆ ਹਨਾ ਹਾਂਜੀ ਫੇਰ ਕਹਿੰਦਾ ਮੈਨੂੰ ਵਕਤ ਫੇਰ ਮੈਂ ਵਿਹਲੇ ਦਿਨ ਚ ਕਹਿੰਦਾ ਨਹੀਂ ਵੀਰੂ ਨੂੰ ਨਾਲ ਲੈ ਕੇ ਚੱਲ ਯਾਰ ਉਹ ਆਪਾਂ ਨੇ ਸੰਤਾਰ ਭਾਜੀ ਨੇ ਪੀਸ ਵਜਾਇਆ ਨਾ ਆਪਾਂ ਕੱਢੀਏ ਸਟੇਜ ਤੇ ਉਹ ਵਜਾਉਣਾ ਐਜ਼ ਇਟ ਇਜ਼ ਫਿਰ ਉਹ ਨਾਲ ਇਫੈਕਟ ਚੇਂਜ ਕਰਨੇ ਉਹ ਇੰਸਟਰੂਮੈਂਟ ਵੀ ਤੁਸੀਂ ਕਿੰਨੇ ਚੇਂਜ ਕਰਦੇ ਹੋ ਪਰ ਭਾਜੀ ਨਾ ਇੱਦਾਂ ਹੁੰਦਾ ਵੀ ਜਿਹੜਾ ਨਾ ਬੰਦੇ ਚ ਕ੍ਰੀਏਟਿਵਿਟੀ ਚਾਹੀਦੀ ਇੱਕ ਵਾਰ ਨਾ ਮੈਂ ਆਪਣੇ ਸਾਡੇ ਹੰਸ ਰਾਜ ਹੰਸ ਹੋਣੀ ਵੀ ਸਾਡੇ ਨਾਲ ਟੂਰ ਤੇ ਤੇ ਮੈਂ ਕੀਬੋਰਡ ਵਜਾਵਾਂ ਸਟੇਜ ਤੇ ਤੇ ਮਨਮੋਹਨ ਸੱਜਰੇ ਸ਼ਰੀਕ ਗਾਣ ਲੱਗਾ ਤੇ ਮਨਮੋਹਨ ਨੇ ਸੱਜਰੇ ਸ਼ਰੀਕ ਗਾਇਆ ਤੇ ਉਹਦੇ ਵਿੱਚ ਜਿਹੜੀ ਫਿੱਲ ਸੀਗੀ ਨਾ ਉਹ ਮੈਂ ਫਿੱਲ ਵਜਾ ਦਿੱਤੀ ਉਹਦੀ ਜੋ ਵੀ ਉਹਦਾ ਮਿਊਜ਼ਿਕ ਆ ਤੇ ਮੈਨੂੰ ਮੇ ਵੀ ਮੇਰੇ ਵੱਲੋਂ ਦੇਖ ਕੇ ਕਹਿੰਦਾ ਮੇ ਵੀ ਅਕੋਰਡੀਅਨ ਵਜਾਉਂਦੇ ਹੁੰਦੇ ਸੀ ਹੰਸ ਰਾਜ ਹੰਸ ਨਾ ਹਾਂਜੀ ਮੈਨੂੰ ਕਹਿੰਦੇ ਨਹੀਂ ਨਹੀਂ ਤੇ ਮੈਂ ਕਿਹਾ ਇਹ ਕੀ ਗੱਲ ਹੋਈ ਮੈਂ ਜਦੋਂ ਮਨਮੋਹਨ ਗਾਣ ਲੱਗ ਪਿਆ ਮੈਂ ਭੱਜ ਕੇ ਉਹਦੇ ਕੋਲ ਗਿਆ ਮੈਂ ਕੰਨ ਚ ਪੁੱਛਿਆ ਮੈਂ ਕਿਹਾ ਕੀ ਹੋਇਆ ਕਹਿੰਦੇ ਇਹ ਨਹੀਂ ਉਹ ਪੀਸ ਲਾ ਜਿਹੜਾ ਕਮਲ ਸਟੇਜ ਤੇ ਇੰਡੀਆ ਲਾਉਂਦਾ ਹੁੰਦਾ ਮੈਂ ਕਿਹਾ ਮੈਨੂੰ ਨੀ ਪਤਾ ਕਿਹੜਾ ਲਾਉਂਦਾ ਮੈਂ ਤਾਂ ਇੰਡੀਆ ਗਿਆ ਨੀ ਕਹਿੰਦੇ ਕੋਈ ਨੀ ਫਿਰ ਮੈਂ ਲਾਣਾ ਗਾਂ ਦੀ ਵਾਰੀ ਹਨਾ ਤੇ ਚਲੋ ਉਹਨਾਂ ਨੇ ਉਹ ਪੀਸ ਫਿਰ ਉਹ ਲਾਇਆ ਤੇ ਹੁਣ ਅਸੀਂ ਅੱਜ ਤੱਕ ਉਹੀ ਵਜਾਈ ਦਾ ਮੈਂ ਕਮਲ ਨੂੰ ਪੁੱਛਿਆ ਕਮਲ ਕਹਿੰਦਾ ਮੈਨੂੰ ਤਾਂ ਕਿਤੇ ਚੇਤਾ ਨੀ ਕਿਤੇ ਇੱਕ ਪ੍ਰੋਗਰਾਮ ਚ ਕਿਤੇ ਵਜਾ ਦਿੱਤਾ ਪਕੜ ਵਾਲੇ ਬੰਦੇ ਨਾ ਕ੍ਰੀਏਟਿਵ ਬੰਦੇ ਆ ਹਨਾ ਓਏ ਹਾਂਜੀ ਹਾਂਜੀ ਸੱਚੀ ਗੱਲ ਆ ਮੇਰੀ ਭਾਅ ਦਾ ਕਿਆ ਅਕੋਰਡੀਅਨ ਤੇ ਹੱਥ ਸੀ ਹਨਾ ਓਏ ਹੋਏ ਵਾਹ ਜੀ ਵਾਹ ਦੇਖ ਲਓ ਕੱਲੀ ਅਕੋਰਡੀਅਨ ਨਾਲੇ ਸਾਰੀ ਸਟੇਜ ਸਾਂਭ ਲੈਂਦੇ ਭਾਈ ਹੰਸ ਭਾਈ ਦੀ ਸਟੇਜ ਉਹਨੇ ਸਾਂਭੀ ਹੁੰਦੀ ਸੀ ਯਾਰ ਉਹਨਾਂ ਨੇ ਜੋ ਨੋਟੇਸ਼ਨ ਬੋਲਣੀ ਹੰਸ ਭਾਈ ਨੇ ਜਦੋਂ ਕੋਈ ਗਾਣਾ ਹਨਾ ਕੁਛ ਵੀ ਹੋਵੇ ਕੁਛ ਹੋਰ ਪਿੱਛੇ ਨਾਲ ਐਡਾ ਖਿਲ ਕੇ ਆਉਣਾ ਐਸਾ ਫੀਲ ਦਿੰਦਾ ਸੀ ਬੰਦਾ ਨਾਲ ਹਨਾ ਜੀ ਓਏ ਹੋਏ ਕਮਾਲ ਸੀ ਬਹੁਤ ਮਾਂ ਉਦਾਂ ਵੀ ਬੜੇ ਮਹਾਨ ਬੰਦੇ ਸੀ ਦੇਖ ਲਓ ਕਿੰਨੀ ਘੱਟ ਉਮਰ ਚ ਉਹ ਵੀ ਚਲ ਗਏ ਚਲੇ ਗਏ ਹਾਂਜੀ ਐਸੀ ਰਿਕਾਰਡਿੰਗ ਮਤਲਬ ਜਿਹੜੀ ਉਹਨਾਂ ਦੀ ਮਤਲਬ ਕੋਈ ਵੀ ਸੁਣ ਲਓ ਸਟੇਜ ਦਾ ਖੜਾ ਹੰਸ ਭਾਈ ਦਾ ਸ਼ੋਅ ਉਹਨਾਂ ਦਾ ਕਮਾਲ ਹੈ ਕਮਾਲ ਔਰ ਮੇਵੀ ਭਾ ਨੇਰੀ ਲਿਆਂਦਾ ਸੀ ਪਿੱਛੇ ਲਹਿਰੇ ਲਾਉਂਦਾ ਸੀ ਨਾਲੇ ਨਾ ਉਦਾਂ ਵੀ ਉਹਨਾਂ ਨਾਲ ਟਾਈਮ ਵੀ ਬਹੁਤ ਸੌਖਾ ਹੁੰਦਾ ਸੀ ਜਿੱਦਾਂ ਦਿਨ ਰਾਤ ਉਹਨਾਂ ਦੇ ਨਾਲ ਇੱਕ ਤਾਂ ਤੁਸੀਂ ਸੰਗੀਤ ਦੀਆਂ ਗੱਲਾਂ ਕਰ ਸਕਦੇ ਸਾਡੀ ਟਾਈਪ ਦੇ ਬੰਦੇ ਸੀਗੇ ਤੇ ਦੂਜਾ ਮਨ ਲਾ ਕੇ ਰੱਖਣਾ ਖੁਸ਼ ਰਹਿਣਾ ਸਦਾ ਖੁਸ਼ ਰਹਿਣਾ ਹਰ ਵੇਲੇ ਤਬੀਅਤ ਵੀ ਹਾਸੇ ਮਜ਼ਾਕ ਵਾਲੀ ਬਹੁਤ ਪਿਕਚਰਾਂ ਹਾਂਜੀ ਰੂਹ ਖਿੜੀ ਰਹਿਣੀ ਆ ਉਹਨਾਂ ਦੀ ਵੀ ਤੇ ਬਾਕੀ ਟੀਮ ਦੀ ਵੀ ਹਨਾ ਜੀ ਕੈਲੀਫੋਰਨੀਆ ਅਸੀਂ ਗਏ ਤੇ ਉੱਥੇ ਗਾਵਾਂ ਚਰਨ ਖੇਤਾਂ ਚ ਹਾਂਜੀ ਤੇ ਮੇ ਵੀ ਹੁਣੀ ਬਾਹਰ ਨੂੰ ਦੇਖ ਕੇ ਕਹਿੰਦੇ ਜੀ ਚੱਲਦੀ ਫਿਰਦੀ ਸਭ ਬਹੁਤ ਫੁਰਦੀ ਸੀ ਗੱਲ ਸਹੀ ਗੱਲ ਬਹੁਤ ਕਮਾਲ ਚਲੋ ਠੀਕ ਆ ਭਾਜੀ ਆਪਣੀਆਂ ਗੱਲਾਂ ਤਾਂ ਜਾਰੀ ਰਹਿਣੀਆਂ ਪਰ ਪੋਡਕਾਸਟ ਨੂੰ ਖਤਮ ਕਰ ਦਿੰਦੇ ਹਾਂ ਬਿਲਕੁਲ ਠੀਕ ਆ ਆਪਾਂ ਫੇਰ ਕਿਸੇ ਦਿਨ ਜਾਰੀ ਰੱਖਾਂਗੇ ਗੱਲਾਂ ਠੀਕ ਆ ਸਰਦਾਰ ਥੈਂਕ ਯੂ ਲਵ ਯੂ ਸੋ ਮਚ ਬਹੁਤ ਵਧੀਆ ਹੋਈ ਗੱਲਬਾਤ ਤਾਂ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਹਰ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਲੈ ਕੇ ਇੱਕ ਨਵੀਂ ਪਰਸਨੈਲਿਟੀ ਇੱਕ ਨਵੀਂ ਸ਼ਖਸੀਅਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਪੰਜਾਬੀ ਪੋਡਕਾਸਟ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਜਿੰਨਾ ਵੀ ਹੋ ਸਕਦਾ ਸ਼ੇਅਰ ਕਰੋ ਅਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਇਹਨੇ ਅਗਾਂਹ ਵਧਣਾ ਅਗਲੇ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ